ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਗੁਰੂ ਦੇ ਦਰਸ਼ਕੋਂ ਆਪ ਜੀ ਨਾਲ ਹੋਰ ਨਵੇਂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹਾਂ ਅਤੇ ਜੀ ਆਇਆਂ ਕਹਿੰਦੇ ਆਪ ਜੀ ਨੂੰ। ਅਤੇ ਜਿਵੇਂ ਕਿ ਆਪ ਜਾਣਦੇ ਹੋ, ਜਿੱਥੇ ਆਪਾਂ ਇਤਿਹਾਸ ਨੂੰ ਸਾਂਭਣ ਦੀਆਂ ਗੱਲਾਂ ਕਰਦੇ ਹਾਂ, ਉਹਦੇ 'ਤੇ ਖੋਜਾਂ ਦੀਆਂ ਗੱਲ ਕਰਦੇ ਹਾਂ, ਜਾਂ ਕਿਹਦੀ ਜ਼ਿੰਮੇਵਾਰੀ ਬਣਦੀ ਆ, ਕਿਹਨੂੰ ਕੀ ਕਰਨਾ ਚਾਹੀਦਾ ਹੈ, ਬਹੁਤ ਵਾਰੀ ਅਸੀਂ ਆਪਣੇ ਆਪਣੇ ਬਿਆਨਬਾਜ਼ੀ ਕਰਦੇ ਰਹਿੰਦੇ ਹਾਂ। ਪਰ ਇਹ ਚੀਜ਼ ਨੂੰ ਸਾਹਮਣੇ ਲੋਕਾਂ ਦੇ ਲਿਆਉਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਪਿਛਲੇ ਬਹੁਤ ਸਾਲਾਂ ਤੋਂ, ਮੈਂ ਇਹ ਕਹਿ ਲਵਾਂ ਕਿ ਪਿਛਲੇ 20-25 ਸਾਲ ਤੋਂ, ਇਸ ਇਤਿਹਾਸ ਨੂੰ ਸੰਭਾਲਣ ਲਈ, ਦੁਨੀਆ ਦੇ ਵਿੱਚ ਕਿੱਥੇ ਕਿੱਥੇ ਇਤਿਹਾਸ ਪਿਆ ਆ ਉਹਦੀ ਖੋਜ ਕਰਨ ਲਈ ਡਾਕਟਰ ਹਰਪ੍ਰੀਤ ਕੌਰ ਨੇ ਬਹੁਤ ਜਿਹੜੀ ਖੋਜ ਕੀਤੀ ਹੈ। ਅਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ, ਸਾਡੇ ਸਟੂਡੀਓ ਦੇ ਵਿੱਚ ਅਜਾ ਹਾਜ਼ਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਹਰਪ੍ਰੀਤ ਕੌਰ ਜੀ, ਪਹਿਲਾਂ ਇਹ ਜਾਣਨਾ ਚਾਹੁੰਦੇ ਕਿ ਤੁਸੀਂ, ਇਹ ਬਹੁਤ ਮੈਨੂੰ ਯਾਦ ਹੈ, ਅੱਜ ਤੋਂ 25 ਸਾਲ ਪਹਿਲਾਂ ਤੁਹਾਡੇ ਨਾਲ ਮੁਲਾਕਾਤ ਹੋਈ ਸੀ, ਜਦੋਂ ਤੁਸੀਂ ਆਵਾਜ਼ੇ ਗੁੰਮ ਅਖਬਾਰ ਚੱਲਦਾ ਸੀ, ਸਾਡੇ ਜਿਹੜਾ ਬਰਮਿੰਘਮ ਦਫ਼ਤਰ ਸੀ ਉੱਥੇ ਆਈ, ਮੈਂ ਖੁਦ ਤੁਹਾਡੀ ਇੰਟਰਵਿਊ ਕੀਤੀ। ਹਾਂਜੀ, ਉਦੋਂ ਤੁਸੀਂ ਮੇਰਾ ਖਿਆਲ ਹਾਲੇ ਸਟੂਡੈਂਟ ਸੀ। ਬਿਲਕੁਲ ਜੀ, ਪੰਜਾਬ ਯੂਨੀਵਰਸਿਟੀ ਵੱਲੋਂ ਮੈਨੂੰ ਭੇਜਿਆ ਗਿਆ ਸੀ। ਉਹਦੇ ਬਾਰੇ ਵੀ ਦੱਸਣਾ, ਅਤੇ ਜਿਹੜੇ ਤੁਹਾਡੇ ਸਤਿਕਾਰਯੋਗ ਪਿਤਾ ਸੰਤ ਆਪਣੇ ਬਸੰਤ ਸਿੰਘ ਜੀ ਖਾਲਸਾ, ਜਿਹੜਾ ਜਿਹਨਾਂ ਦਾ ਖਾਲਸਾ ਪੰਥ ਲਈ ਬਹੁਤ ਯੋਗਦਾਨ ਹੈ, ਅਤੇ ਉਹ ਵੀ ਬੈਕਗਰਾਊਂਡ ਹੈ ਜ਼ਰੂਰ। ਬਿਲਕੁਲ ਜੀ, ਮੈਂ ਪੰਜਾਬ ਤੋਂ, ਲੁਧਿਆਣੇ ਸ਼ਹਿਰ ਤੋਂ, ਸਰਦਾਰ ਬਸੰਤ ਸਿੰਘ ਖਾਲਸਾ ਜਿਹੜੇ ਸਿੱਖਿਆ ਮੰਤਰੀ ਅਤੇ ਐਜੂਕੇਸ਼ਨ ਮਿਨਿਸਟਰ ਰਹੇ ਨੇ, ਉਹਨਾਂ ਦੀ ਸਪੁੱਤਰੀ ਹੈ। ਅਤੇ ਮੇਰੇ ਪਿਤਾ ਜੀ ਇੱਕ ਧਾਰਮਿਕ ਆਗੂ ਵੀ ਸੀ, ਚੰਗੇ ਬੁਲਾਰੇ ਵੀ ਸੀਗੇ। ਸੋ ਉਹਨਾਂ ਦੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਿੱਖ ਪੰਥ ਦੀ ਕੁਛ ਕੀਤਾ ਜਾਵੇ, ਅਤੇ ਉਹ ਚਾਹੁੰਦੇ ਸੀਗੇ ਵੀ ਮੇਰੇ ਜਿਹੜੇ ਬੱਚੇ ਨੇ ਉਹ ਵੀ ਧਾਰਮਿਕ ਨੀਹਾਂ ਦੇ ਉੱਤੇ ਚੱਲਣ। ਸੋ ਉਹਨਾਂ ਨੇ ਮੈਨੂੰ ਇਹ ਸਬਜੈਕਟ ਲੈ ਕੇ ਦਿੱਤਾ ਸੀ ਕਿ ਸਿੱਖ ਰੈਲਿਕਸ ਐਂਡ ਮੋਨੂਮੈਂਟ ਇਨ UK। ਮੈਂ MA MPhil ਪੰਜਾਬੀ ਕਰਕੇ PhD ਪੰਜਾਬੀ ਕਰਨ ਵਾਸਤੇ ਨਾ ਅਤੇ UK ਵਿੱਚ ਆਈ ਸੀ, ਅੱਜ ਤੋਂ 20 ਸਾਲ ਪਹਿਲਾਂ, 25 ਸਾਲ ਪਹਿਲਾਂ। ਠੀਕ ਹੈ। ਸੋ ਉਹਦੇ ਸੰਬੰਧ ਵਿੱਚ ਪਹਿਲਾਂ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਸੀ, ਅਤੇ ਇੱਥੇ ਆ ਕੇ ਜਦੋਂ ਸਾਨੂੰ ਪਤਾ ਲੱਗਾ ਵੀ ਬ੍ਰਿਟਿਸ਼ ਅਤੇ ਜਿਹੜੇ ਆਪਣੇ ਭਾਰਤ ਅਤੇ ਪਾਕਿਸਤਾਨ ਦੀ ਜਦੋਂ ਵੰਡ ਹੋਈ ਸੀ, ਸਾਰਾ ਤੋਸ਼ਾ ਖਾਨਾ ਲੁੱਟ ਕੇ, ਤੁਹਾਨੂੰ ਪਤਾ ਵੀ ਇੱਥੇ ਆ ਗਿਆ ਸੀ, ਉਹਦੇ ਸੰਬੰਧ ਵਿੱਚ ਮੇਰਾ ਇਹ ਸੀ। ਠੀਕ ਹੈ। ਅਤੇ ਜਿਹੜਾ ਜਿੱਦਾਂ ਤੁਸੀਂ ਕਿਸੇ ਵੀ ਇੱਥੇ ਲੁੱਟ ਕੇ ਆ ਗਿਆ, ਜਦੋਂ ਅੱਜ ਆਪਾਂ ਨਾਲ ਗੱਲ ਵੀ ਜੁੜਦੀ ਹੈ, ਕਿਉਂਕਿ ਜੂਨ ਦਾ ਮਹੀਨਾ ਸ਼ੁਰੂ ਹੋ ਗਿਆ, ਅਤੇ 1984 ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਲਾਇਬ੍ਰੇਰੀ ਨੂੰ ਲੁੱਟਾ ਗਲਾਤੀਆਂ ਜਾਂ ਸਾਡਾ ਸਮਾਨ ਲੁੱਟ ਕੇ ਲੈ ਗਏ। ਪਰ ਇਹ ਜਿਹੜੀ ਤੁਸੀਂ ਗੱਲ ਦੱਸ ਰਹੇ ਹਾਂ ਵੀ ਸਾਡਾ ਤੋਸ਼ਾਖਾਨਾ ਤਾਂ ਪਹਿਲਾਂ ਵੀ ਲੁੱਟਿਆ ਗਿਆ, ਬਿਲਕੁਲ ਜੀ, ਵਿਦੇਸ਼ਾਂ, ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ, ਕਿਹੜੀ ਕਿਹੜੀ ਖੋਜ ਕੀਤੀ, ਕੀ ਤੁਸੀਂ ਦੇਖਿਆ ਵੀ ਆਪ ਜਿਹੜਾ ਬਾਹਰ ਇੱਥੇ ਮਤਲਬ ਇੰਗਲੈਂਡ ਦੀ ਮਿਊਜ਼ੀਅਮ ਦੇ ਵਿੱਚ ਪਿਆ? ਬਿਲਕੁਲ ਜੀ, ਜਦੋਂ ਮੈਂ ਇੱਥੇ ਆਈ, ਡਾਕਟਰ ਚੰਨਣ ਸਿੰਘ ਚੰਨ ਸੀਗੇ ਅਤੇ ਸਰਦਾਰ ਨਿਰਪਾਲ ਸਿੰਘ ਸ਼ੇਰਗਿੱਲ ਸੀਗੇ ਜਿਹੜੇ ਮੇਰੇ ਐਜ਼ ਏ ਗਾਈਡ, ਅਤੇ ਡਾਕਟਰ ਪ੍ਰਗਟ ਸਿੰਘ ਸੀਗੇ ਉਹ ਐਜ਼ ਏ ਗਾਈਡ ਸੀਗੇ ਮੇਰੇ, ਕਿਉਂਕਿ ਯੂਨੀਵਰਸਿਟੀ ਨੇ ਭੇਜਿਆ ਸੀਗਾ ਮੈਨੂੰ ਗਾਈਡ ਬਣਾ ਕੇ, ਵੀ ਉਹ ਤੁਹਾਨੂੰ ਦੱਸਣਗੇ ਇਸ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ। ਸੋ ਸਭ ਤੋਂ ਪਹਿਲਾਂ ਮੈਨੂੰ ਆ ਕੇ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ, ਜਦੋਂ ਤੁਹਾਨੂੰ ਪਤਾ ਲੱਗਾ ਬਈ ਕੀ ਸਿੱਖਣ ਦਾ ਸਮਾਨ ਸੀਗਾ, ਤਾਂ ਅਸੀਂ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ ਜਾਂਦੀ ਲਿਸਟਾਂ ਕਢਵਾਈਆਂ ਸਾਰੀਆਂ ਵੀ ਭਾਰਤ ਤੋਂ, ਪਾਕਿਸਤਾਨ ਤੋਂ ਕਿਹੜਾ ਕਿਹੜਾ ਸਮਾਨ ਸੀਗਾ ਜਿਹੜਾ ਆਪਾਂ ਉਹ ਅੰਗਰੇਜ਼ ਜਿਹੜੇ ਸੀਗੇ ਉਹ ਇੱਥੇ ਲੈ ਕੇ ਆਏ। ਠੀਕ ਹੈ। ਸੋ ਉਹਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਕਿ ਬਾਬਾ ਜੀ ਦੀਆਂ ਬੀੜਾਂ, ਜਨਮ ਸਾਖੀਆਂ, ਹੁਕਮਨਾਮੇ, ਬਸਤਰ, ਖੜਾਵਾਂ, ਤੇ ਮਹਾਰਾਣੀ ਜਿੰਦਾ ਦਾ ਬਹੁਤ ਸਾਰਾ ਸਮਾਨ, ਊਧਮ ਸਿੰਘ ਦਾ ਸਮਾਨ, ਤੇ ਦਲੀਪ ਸਿੰਘ ਮਹਾਰਾਜ ਦਾ ਸਾਰਾ ਸਮਾਨ, ਤੇ ਮੋਹਰਾਂ ਸਾਡੀਆਂ, ਤੇ ਖੰਜਰ, ਭਾਲੇ, ਤੇ ਅਸਤਰ ਸ਼ਸਤਰ, ਸਿੱਕੇ, ਬਹੁਤ ਸਾਰਾ ਸਮਾਨ ਸੀਗਾ ਜਿਹਦੇ ਵਿੱਚ, ਜਿਹਦੇ ਸੰਬੰਧ ਵਿੱਚ ਸਾਨੂੰ ਉੱਥੋਂ ਜਦੋਂ ਆਪਾਂ ਨੂੰ ਪਤਾ ਲੱਗਿਆ, ਤੇ ਉਹ ਕਿੱਥੇ ਪਿਆ, ਕਿਵੇਂ ਪਿਆ, ਤੇ ਜਿਉਂ ਜਿਉਂ ਸਮਾਂ ਬੀਤਦਾ ਗਿਆ ਤੇ ਮੈਂ ਇਸ ਖੋਜ ਦੇ ਲਈ, ਕਿਉਂਕਿ ਇੱਕ ਇੰਟਰਸਟਿੰਗ ਟੋਪਿਕ ਸੀਗਾ ਇਹ, ਧਰਮ ਨਾਲ ਜੁੜਿਆ ਹੋਇਆ ਟੋਪਿਕ ਸੀਗਾ, ਸੋ ਇਹਦੇ ਵਿੱਚ ਡਿਟੇਲ ਮੈਂ ਇਕੱਠੀ ਕਰਨ ਲਈ ਬਾਰ ਬਾਰ ਬ੍ਰਿਟਿਸ਼ ਮਿਊਜ਼ੀਅਮ ਜਾਂਦੀ ਰਹੀ, ਤੇ ਮੈਨੂੰ ਲੱਗਦਾ 3 ਸਾਲ ਦੀ ਲਗਾਤਾਰ ਮੇਰੀ ਮਿਹਨਤ ਤੋਂ ਬਾਅਦ ਮੈਂ ਇਸ ਨੂੰ ਮਾੜਾ ਮੋਟਾ ਮਿਲ ਸਕੀ।
ਤੇ ਕੀ ਜਿੱਦਾਂ ਤੁਸੀਂ ਜਦੋਂ ਮਤਲਬ ਸਮੇਟਿਆ ਤੁਹਾਡੇ ਮਨ ਦੇ ਵਿੱਚ ਉਸ ਵੇਲੇ ਦੇ ਕੀ ਖਿਆਲ ਸੀਗੇ ਜਦੋਂ ਤੁਹਾਨੂੰ ਪਤਾ ਲੱਗਾ ਜਿੱਦਾਂ ਇੱਕ ਤੁਸੀਂ ਤੇ ਖੋਜ ਕੀਤੀ ਆ ਜਿਹੜੇ ਮੇਰੇ ਵਰਗੇ ਆਮ ਲੋਕ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਆ ਵੀ ਸਾਡਾ ਸਮਾਨ ਕੀ ਹੈ ਕਿਉਂਕਿ ਤੁਹਾਨੂੰ ਸਿਰਫ ਇੰਨਾ ਪਤਾ ਕਿ ਕੁਰਸੀ ਪਈ ਇੱਕ ਹੀਰਾ ਪਿਆ ਜੀ ਬਹੁਤ ਮਾਈਨਰ ਚੀਜ਼ਾਂ ਦਾ ਤੁਹਾਨੂੰ ਪਤਾ ਵੀ ਜਦੋਂ ਆਪਾਂ ਬ੍ਰਿਟਿਸ਼ ਮਿਊਜ਼ੀਅਮ 'ਚ ਜਾਂਦੇ ਹਾਂ ਸਿੱਖਾਂ ਦਾ ਇੱਕ ਪੂਰਾ ਬਣਿਆ ਹੋਇਆ ਪੋਸਟਰ ਬਣਿਆ ਹੋਇਆ ਹਨਾ ਉਹ ਤੋਂ ਇਲਾਵਾ ਜਿਹੜੇ ਪੁਰਾਣੇ ਗੋਰਿਆਂ ਦੇ ਵੇਲੇ ਦੇ ਅਖਬਾਰ ਸੀ ਉਹਨਾਂ ਤੋਂ ਵੀ ਮੈਂ ਖੋਜ ਕੀਤੀ ਹੈ ਸੋ ਇਹ ਇੰਟਰਸਟਿੰਗ ਟੋਪਿਕ ਇੰਨਾ ਸੀ ਕਿ ਮੈਂ ਰੋਜ਼ ਰੋਜ਼ ਜਦੋਂ ਮੈਂ ਇਸ ਦੀ ਖੋਜ ਕਰਦੀ ਸੀ ਤੇ ਮੈਨੂੰ ਲੱਗਦਾ ਸੀ ਪਰਮਾਤਮਾ ਨੇ ਬਹੁਤ ਵੱਡੀ ਡਿਊਟੀ ਲਾਈ ਹੈ ਮੇਰੀ ਸਿੱਖ ਧਰਮ ਦੀਆਂ ਉਹ ਚੀਜ਼ਾਂ ਖੋਜਣ ਦੀ ਜਿਹੜੀ ਸਾਡੀ ਪਵਿੱਤਰ ਯਾਦਾਂ ਨੇ ਤੇ ਉਹ ਉਹਨਾਂ ਨੂੰ ਮੈਂ ਲੋਕਾਂ ਮੂਹਰੇ ਦੱਸਣਾ ਚਾਹੁੰਦੀ ਸੀ ਠੀਕ ਹੈ ਇੰਗਲੈਂਡ ਦੇ ਵਿੱਚ ਸੀਗੀ ਤੇ ਮੈਂ ਸਾਰਾ ਕੁਝ ਡਿਟੇਲ ਜੋ ਮੈਂ ਦੇਖਦੀ ਸੀ ਤੇ ਉਹ ਸਾਰਾ ਕੁਝ ਮੈਂ ਇਹਨੂੰ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਪਤਾ ਵੀ ਥੀਸਿਸ ਦੇ ਰੂਪ ਦੇ ਵਿੱਚ ਮੈਂ ਇਹਨੂੰ ਲਿਖ ਰਹੀ ਸੀ ਤੇ ਇਹਦੇ ਕੱਚੇ ਖਰੜੇ ਬਣਾ ਰਹੀ ਸੀ ਤੇ ਉਦੋਂ ਮੈਨੂੰ ਆਪਣੇ ਆਪ ਨੂੰ ਲੱਗਦਾ ਸੀ ਕਿ ਇਹ ਐਡੀ ਕੁ ਵੱਡੀ ਖੋਜ ਆ ਵੀ ਇਹ ਸਿੱਖ ਸੁਣ ਕੇ ਜਾਂ ਦੇਖ ਕੇ ਕਿਉਂਕਿ ਮੈਂ ਤਾਂ ਦੇਖ ਰਹੀ ਸੀ ਅੱਖੀ ਵੀ ਇਹਨੂੰ ਬਹੁਤ ਵੱਡਾ ਇਹਨੂੰ ਕਾਰਜ ਸਮਝਣਗੇ ਵੀ ਬਹੁਤ ਵੱਡਾ ਹਮਲਾ ਹਾਂਜੀ ਬਹੁਤ ਹੰਗਾਰਾ ਮਿਲੂਗਾ ਤੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਮੈਂ ਸਾਰਾ ਕੁਝ ਮੈਟਰ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਜਾ ਕੇ ਵੀ ਇੰਨੀ ਕੁ ਮੇਰੀ ਖੋਜ ਆ ਕਿਉਂਕਿ ਅੱਗੋਂ ਫਿਰ ਖੋਜ ਕਰਨੀ ਡਿਟੇਲ ਕਰਨੀ ਕਿਉਂਕਿ ਇੱਕ ਵੀ ਮੁਲਕ ਵਿੱਚ ਆਪਾਂ ਇੰਨੇ ਸਮਾਂ ਨਹੀਂ ਰਹਿ ਸਕਦੇ ਨਾ ਹੀ ਬੰਦੇ ਦੀ ਆਰਥਿਕ ਸਥਿਤੀ ਇਹੋ ਜਿਹੀ ਹੁੰਦੀ ਹੈ ਜੀ ਵੀ ਬੰਦਾ ਇੱਥੇ ਇਹੋ ਜਿਹੇ ਮਹਿੰਗੇ ਸ਼ਹਿਰਾਂ ਵਿੱਚ ਰਹਿ ਸਕੇ ਪਰ ਮੈਂ ਅਫਸੋਸ ਨਾਲ ਕਹਿੰਦੀ ਹਾਂ ਵੀ ਸ਼੍ਰੋਮਣੀ ਕਮੇਟੀ ਨੇ ਵੀ ਮੇਰੇ ਥੀਸਿਸ ਨੂੰ ਦੇਖਿਆ ਜ਼ਰੂਰ ਹੈ ਪਰ ਇਸ 'ਤੇ ਕੋਈ ਗੌਰ ਨਹੀਂ ਕੀਤਾ ਕੋਈ ਇਸ 'ਤੇ ਅੱਜ ਤੱਕ ਮੈਨੂੰ ਕਦੇ ਬੁਲਾਇਆ ਨਹੀਂ ਇਸ ਟੋਪਿਕ ਦੇ ਉੱਤੇ ਕਦੇ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਅਤੇ ਨਾ ਮੇਰੀ ਖੋਜ ਬਾਰੇ ਕਿਸੇ ਨੂੰ ਇਸ ਬਾਰੇ ਪੰਜਾਬ 'ਚ ਬਹੁਤਾ ਪਤਾ ਹਰਪ੍ਰੀਤ ਕੌਰ ਜੀ ਮੈਨੂੰ ਆਪ ਖੁਦ ਨੂੰ ਹੈਰਾਨੀ ਹੋ ਰਹੀ ਆ ਕਿ ਤੁਹਾਡੇ ਪਿਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਮਤਲਬ ਸੀਨੀਅਰ ਮਤਲਬ ਸਿੱਖਿਆ ਮੰਤਰੀ ਤੁਸੀਂ ਦੱਸਿਆ ਵੀ ਰਹਿ ਚੁੱਕੇ ਅਕਾਲੀ ਦਲ ਚ ਇੱਕ ਵੱਡਾ ਮਤਲਬ ਨਾਂ ਆ ਉਹਨਾਂ ਦਾ ਜੇ ਤੁਹਾਡਾ ਲਿਖਿਆ ਥੀਸਿਸ ਜਾਂ ਤੁਹਾਡੀ ਲਿਖੀ ਗਈ ਖੋਜ ਨੂੰ ਮਤਲਬ ਸ਼੍ਰੋਮਣੀ ਕਮੇਟੀ ਨੇ ਮਤਲਬ ਪ੍ਰਕਾਸ਼ਿਤ ਨਹੀਂ ਕੀਤਾ ਤੇ ਆਮ ਵਿਅਕਤੀ ਦੇ ਬਾਰੇ ਵੀ ਆਪਾਂ ਜੇ ਕਿਸੇ ਹੋਰ ਦੀ ਖੋਜ ਕੀਤੀ ਉਹਨੂੰ ਕਿੱਥੇ ਲਵਾਂਗੇ ਦੇਖੋ ਜੀ ਮੇਰੇ ਪਿਤਾ ਜੀ 1997 ਹੈ ਨਾ ਉਸ ਸਮੇਂ ਤੋਂ ਲੈ ਕੇ ਤੁਸੀਂ ਅੱਜ ਤੱਕ ਦੀ ਸ਼੍ਰੋਮਣੀ ਕਮੇਟੀ ਵਿੱਚ ਦੇਖੋ ਪਹਿਲਾਂ ਜਿਹੜਾ ਸੀਗਾ ਸਿੱਖ ਧਰਮ ਦੇ ਨਾਲ ਆਪਣਾ ਜਿਹੜੀ ਸੀਗਾ ਕੋਈ ਵੀ ਪਾਰਟੀ ਜੁੜੀ ਹੋਈ ਸੀ ਚਾਹੇ ਅਕਾਲੀ ਦਲ ਸੀ ਨਿਰੋਲ ਸਿੱਖਾਂ ਦਾ ਇੱਕ ਸੀਗਾ ਤੇ ਜੋ ਜੋ ਸਮਾਂ ਪੈਂਦਾ ਗਿਆ ਪਿਤਾ ਜੀ ਮੇਰੇ ਨਹੀਂ ਰਹੇ ਤੇ ਅਸੀਂ 20 ਵਾਰੀ ਅਪਰੋਚ ਵੀ ਕੀਤੀ ਪਰ ਉਸੇ ਤੱਕ ਸਾਡੀ ਮੇਰੀ ਪਹੁੰਚ ਨਹੀਂ ਹੋ ਸਕੀ ਕਿਉਂਕਿ ਤੁਹਾਨੂੰ ਪਤਾ ਵੀ ਜਿਉਂਦਿਆਂ ਦੇ ਮਿਲਦੇ ਨੇ ਚੰਡੀਗੜ੍ਹ ਪਟਿਆਲਾ ਵਾ ਹਨਾ ਫਿਰ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਆ ਉੱਥੇ ਫਿਰ ਜਿਹੜੇ ਭਾਸ਼ਾ ਵਿਭਾਗ ਆ ਉੱਥੇ ਹਾਂਜੀ ਸਾਰਿਆਂ ਨੂੰ ਮੇਰੇ ਖਰੜੇ ਮੈਂ ਦਿੱਤੇ ਤੇ ਬੜੇ ਦੁੱਖ ਦੀ ਗੱਲ ਆ ਵੀ ਤੁਹਾਨੂੰ ਪਤਾ ਵੀ ਐਡਾ ਮਹਿੰਗਾ ਥੀਸਿਸ ਮੈਂ ਤਿਆਰ ਕੀਤਾ ਵੀ ਕਿਸੇ ਵੀ ਯੂਨੀਵਰਸਿਟੀ ਨੇ ਕਿਸੇ ਵੀ ਧਾਰਮਿਕ ਸੰਸਥਾ ਨੇ ਕਿਸੇ ਵੀ ਉਹਨੇ ਇਸ ਨੂੰ ਛਾਪਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਤੁਸੀਂ ਮਤਲਬ ਹਰ ਮਤਲਬ ਵੱਡੀ ਸੰਸਥਾ ਨੂੰ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਣ ਇੱਕ ਹੁੰਦਾ ਨਾ ਕੋਈ ਆਮ ਵਿਅਕਤੀ ਜੇ ਆਪਾਂ ਕਿਸੇ ਪਬਲਿਸ਼ਰ ਨੂੰ ਕਹਿਤਾ ਉਹਨੇ ਵੱਖਰੀ ਗੱਲ ਪਰ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਲੱਗੀਆਂ ਹੋਈਆਂ ਵੀ ਤੁਸੀਂ ਸਿੱਖ ਇਤਿਹਾਸ ਨੂੰ ਸਾਂਭਣਾ ਜੇ ਕੋਈ ਖੋਜ ਕਰਦਾ ਤਾਂ ਉਹਨੂੰ ਹੱਲਾਸ਼ੇਰੀ ਦੇਣੀ ਤੇ ਪਰ ਤੁਸੀਂ ਜਿੱਦਾਂ ਜਿਹੜੀਆਂ ਗੱਲਾਂ ਅੱਜ ਦੱਸ ਰਹੇ ਹਾਂ ਮੈਨੂੰ ਸੁਣ ਕੇ ਹੈਰਾਨੀ ਹੋ ਰਹੀ ਆ ਵੀ ਜੇ ਸ਼੍ਰੋਮਣੀ ਕਮੇਟੀ ਨੇ ਜਾਂ ਮਤਲਬ ਕਿਸੇ ਵੀ ਯੂਨੀਵਰਸਿਟੀ ਨੇ ਵੀ ਤੁਹਾਡੀ ਇਹ ਗੱਲ ਸੁਣੀ ਨਹੀਂ ਤੇ ਕੀ ਵਾਪਰਿਆ ਤੁਹਾਡੇ ਮਨ ਤੇ ਵੀ ਬਹੁਤ ਦੁੱਖ ਦੀ ਗੱਲ ਹੈਗੀ ਆ ਤੁਸੀਂ ਦੇਖੋ ਵੀ ਜਿੰਨਾ ਖਜ਼ਾਨੇ ਬਾਰੇ ਜਿੰਨੀ ਡਿਟੇਲ ਬਾਰੇ ਮੈਨੂੰ ਹਰ ਇੱਕ ਚੀਜ਼ ਬਾਰੇ ਪਤਾ ਬਾਬਾ ਜੀ ਦੀ ਬੀੜਾ ਕਿੱਥੇ ਨੇ ਕਿਵੇਂ ਨੇ ਤੇ ਉਹ ਕਿਹੜੇ ਰੂਪ ਦੇ ਵਿੱਚ ਨੇ ਤੁਹਾਨੂੰ ਪਤਾ ਵੀ ਇੱਥੇ ਹਰ ਸਾਲ ਆਕਸ਼ਨ ਹੁੰਦੀ ਹੈ ਨਿਲਾਮੀ ਹੁੰਦੀ ਹੈ ਚੀਜ਼ਾਂ ਦੀ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਸਿੱਖਾਂ ਦੀਆਂ ਹੈਗੀਆਂ ਉਹਨਾਂ ਨੂੰ ਵੀ ਨਿਲਾਮ ਕੀਤਾ ਜਾਂਦਾ ਸੋ ਮੈਂ ਆਪਣੇ ਜ਼ਰੀਏ ਆਪਣੇ ਪੈਸਿਆਂ ਦੇ ਨਾਲ ਜਿੰਨੇ ਕਿ ਮੇਰੀ ਵਿੱਤ ਹੈਗੀ ਉਹਦੇ ਮੁਤਾਬਕ ਜਦੋਂ ਵੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਅੱਜ ਤੋਂ 2 ਸਾਲ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿਖੀ ਇਹ ਤੋਂ ਪਹਿਲਾਂ ਵੀ ਬਹੁਤ ਸਾਰਾ ਸਿੱਖਾਂ ਦਾ ਸਮਾਨ ਆਕਸ਼ਨ ਦੇ ਰੂਪ ਵਿੱਚ ਲੋਕਾਂ ਦੇ ਘਰਾਂ ਵਿੱਚ ਹੈ ਜਿਨ੍ਹਾਂ ਨੂੰ ਆਪਾਂ ਪ੍ਰਾਈਵੇਟ ਕਲੈਕਟਰ ਕਹਿੰਦੇ ਹਾਂ
ਉਹਨਾਂ ਨੇ ਆਪਣੇ ਸਿੱਖਾਂ ਦੇ ਸਮਾਨ ਨੂੰ ਪ੍ਰਾਈਵੇਟ ਜਗੀਰ ਸਮਝ ਕੇ ਆਪਣੇ ਡਰਾਇੰਗ ਰੂਮ ਸਜਾਇਆ ਹੋਇਆ। ਇਹ ਜਿੱਦਾਂ ਤੁਸੀਂ ਚਲੋ ਇਹ ਆਪਾਂ ਗੱਲ ਕਰ ਲੈਂਦੇ ਪੰਜਾਬ ਦੀ, ਬਈ ਉੱਥੇ ਤੁਸੀਂ ਸੰਸਥਾਵਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਅਪਰੋਚ ਕੀਤਾ, ਇੱਥੇ ਵਿਦੇਸ਼ ਦੇ ਵਿੱਚ ਸਿੱਖ ਬਹੁਤ ਬਹੁਤ ਅਮੀਰ, ਮਤਲਬ ਇਹ ਅਮੀਰ ਕਹੀ ਬਾਕੀ ਤਾਂ ਵੱਡੇ ਵੱਡੇ ਗੁਰਦੁਆਰੇ, ਇਹਨਾਂ ਨੂੰ ਵੀ ਕਿਸੇ ਨੂੰ ਅਪਰੋਚ ਕੀਤੀ ਤੁਸੀਂ? ਹਾਂਜੀ, ਮੈਂ ਜੋ ਪਿਛਲੇ 2 ਸਾਲ ਪਹਿਲਾਂ ਵੀ ਜਦੋਂ ਮੈਂ ਆਈ ਸੀ ਮੈਂ ਸਾਰੇ ਗੁਰਦੁਆਰਿਆਂ ਵਿੱਚ ਬੋਲੀ ਸੀ, ਟੀਵੀ ਤੇ ਬੋਲੀ ਸੀ, ਰੇਡੀਓ ਟਾਕ ਦਿੱਤੀ ਸੀ, ਮੇਰੇ ਜਿਹੜੇ ਹੈਗੇ ਆ ਲੇਖ ਵੀ ਅਖਬਾਰਾਂ ਵਿੱਚ ਛਪੇ ਨੇ। ਹਾਂਜੀ, ਸੋ ਦੁੱਖ ਦੀ ਗੱਲ ਹੈਗੀ ਆ, ਇਹ ਤਾਂ ਤੁਹਾਨੂੰ ਪਤਾ ਵੀ ਜਿਹੜੇ ਲੋਕਾਂ ਦੀ ਇਹ ਫਿਤਰਤ ਬਣ ਚੁੱਕੀ ਆ ਵੀ ਜਦੋਂ ਆਪਾਂ ਕਿਸੇ ਟੋਪਿਕ ਦੇ ਉੱਤੇ ਗੱਲ ਕਰਦੇ ਹਾਂ ਤੇ ਅਗਲੇ ਸੋਚਦੇ ਆ ਵੀ ਪੈਸੇ ਮੰਗਣ ਦੀਆਂ ਇਹ ਗੱਲਾਂ ਹੈਗੀਆਂ। ਇਹਦੇ ਨਾਲ ਇਹ ਵੀ ਹੁੰਦਾ ਵੀ ਜਿਹੜਾ ਬੰਦਾ ਮਿਹਨਤੀ ਆ ਉਹਨੂੰ ਵੀ ਖੋਲੇ ਕੀਤਾ ਜਾਂਦਾ ਤੇ ਜਿਹੜੇ ਠੱਗ ਚੋਰ ਨੇ ਉਹ ਇਸ ਗੱਲਾਂ ਦਾ ਫਾਇਦਾ ਉਠਾ ਲੈਂਦੇ ਨੇ। ਤੇ ਜਿੱਦਾਂ ਆਪਾਂ ਹੁਣ ਗੱਲ ਕਰ ਲਈਏ, ਚਲੋ ਆਪਾਂ ਕਿਸੇ ਇੱਕ ਗੁਰਦੁਆਰੇ ਦਾ ਨਾਂ ਨਹੀਂ ਲੈਂਦੇ, ਜਿੱਦਾਂ ਅਗਲੇ 100 ਸਾਲ 'ਚ ਵੱਡੇ ਗੁਰਦੁਆਰੇ ਆ, ਬਰਮਿੰਘਮ 'ਚ ਵੱਡੇ ਗੁਰਦੁਆਰੇ, ਉਹਨਾਂ ਦੇ ਪ੍ਰਬੰਧਕਾਂ ਨੂੰ ਲਿਖਤੀ ਰੂਪ 'ਚ ਜਾਂ ਉੱਦਾਂ ਅਪਰੋਚ ਕੀਤੀ ਹੈ ਵੀ ਆਹ ਕੰਮ ਕਰਨ ਵਾਲਾ ਤੁਸੀਂ? ਹਾਂਜੀ, ਮੈਂ ਗੁਰਦੁਆਰੇ ਵਿੱਚ ਜਦੋਂ ਬੋਲਦੀ ਹਾਂ ਮੈਂ ਲਿਖਿਆ ਵੀ ਮੇਰੀ ਇਹ ਜਿਹੜੀ ਖੋਜ ਆ ਬਹੁਤ ਇੱਕ ਜਾਣਕਾਰੀ ਭਰਪੂਰ ਖੋਜ ਆ, ਇਹ ਜਿਹੜੀ ਖੋਜ ਆ ਬੱਚਿਆਂ ਦੇ ਨਾਲ ਜੋੜਨ ਵਾਲੀ ਖੋਜ ਆ, ਕਿਉਂਕਿ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਸਾਡੇ ਗੁਰੂਆਂ ਦੀ ਕੀ ਨਿਸ਼ਾਨੀਆਂ ਸੀ। ਠੀਕ ਹੈ, ਅੱਜ ਦੀ ਅਜੋਕੀ ਪੀੜ੍ਹੀ ਦੇ ਵਿੱਚ ਨੌਜਵਾਨਾਂ ਨੂੰ ਨਹੀਂ ਪਤਾ, ਈਵਨ ਪੰਜਾਬ 'ਚ ਤਾਂ ਚਲੋ ਪਤਾ ਨਹੀਂ, ਇੱਥੇ ਜਦ ਮੈਂ ਗੁਰਦੁਆਰਿਆਂ ਵਿੱਚ ਬੋਲਦੀ ਹਾਂ ਪੰਜਾਬ ਸਾਡੇ ਗੁਰਦੁਆਰਿਆਂ 'ਚ ਕੋਈ ਨਹੀਂ ਸੁਣਦਾ, ਸਾਡੀ ਕੋਈ ਸੁਣਵਾਈ ਨਹੀਂ, ਉੱਥੇ ਗੁਰਦੁਆਰਿਆਂ ਨੂੰ ਤੁਹਾਨੂੰ ਪਤਾ ਵੀ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਆ ਉਹ ਕਿਹੜੇ ਰਸਤੇ ਪੈ ਗਈ ਹੋਈ ਹੈ। ਇੱਥੇ ਜ਼ਰੂਰ ਮੈਂ ਸੋਚਦੀ ਸੀ ਵੀ ਗੁਰਦੁਆਰਿਆਂ ਵਿੱਚ ਇੱਕ ਤੁਸੀਂ ਧਰਮ ਨੂੰ ਜੋੜ ਕੇ ਰੱਖਿਆ ਹੋਇਆ, ਸਾਰੇ ਬੱਚੇ ਗੁਰਦੁਆਰਿਆਂ 'ਚ ਆਉਂਦੇ ਆ, ਪੇਰੈਂਟਸ ਆਉਂਦੇ ਨੇ, ਪਰ ਦੁੱਖ ਦੀ ਗੱਲ ਆ ਵੀ ਜਦੋਂ ਤੱਕ ਬੰਦਾ ਸੁਣ ਰਿਹਾ ਹੁੰਦਾ ਬੋਲਦੇ ਨੂੰ ਉਹ ਤਾਂ ਬਹੁਤ ਵੱਡਾ ਕਾਰਜ ਹੁੰਦਾ, ਤੇ ਜਦੋਂ ਬੋਲ ਕੇ ਹਟ ਚੁੱਕਾ ਹੁੰਦਾ ਉਹ ਬਾਹਰ ਜਾ ਕੇ ਭੁੱਲ ਜਾਂਦੇ ਆ। ਇਹ ਹਰਪ੍ਰੀਤ, ਜਿੱਦਾਂ ਇਹ ਤੇ ਗੱਲ ਹੋ ਗਈ ਜਿਹੜੇ ਧਾਰਮਿਕ ਚੀਜ਼ਾਂ ਜਾਂ ਤੁਸੀਂ ਇਹ, ਜਿੱਦਾਂ ਹੁਣ ਮੈਂ ਗੱਲ ਤਾਂ ਕਰਦਾ ਕਿ ਅੰਗਰੇਜ਼ਾਂ ਨੇ ਆਪਾਂ ਕਹਿੰਦੇ ਜੀ ਭਾਰਤ ਦੇ ਵਿੱਚ 200 ਸਾਲ ਰਾਜ ਕੀਤਾ ਤੇ 100 ਸਾਲ ਉਹਨਾਂ ਨੇ ਸਾਡੇ ਤੇ ਰਾਜ ਕੀਤਾ ਪੰਜਾਬ ਦੇ ਵਿੱਚ। ਬਿਲਕੁਲ, ਜਿਹੜਾ ਸਿੱਖ ਰਾਜ ਦਾ ਬਹੁਤ ਵੱਡਮੁੱਲੀਆਂ ਚੀਜ਼ਾਂ ਇੱਥੋਂ ਤੱਕ ਮਹਾਰਾਜਾ ਦਲੀਪ ਸਿੰਘ ਨੂੰ ਵੀ ਇੱਥੇ ਲਿਆਂਦਾ, ਇਹਦੇ ਬਾਰੇ ਵੀ ਤੁਸੀਂ ਕੋਈ ਖੋਜ ਕੀਤੀ ਹੈ ਜਾਂ ਕੀ ਤੁਸੀਂ ਸੰਗਤਾਂ ਨੂੰ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ? ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਵੀ ਜਿਹੜਾ ਮਹਾਰਾਜਾ ਦਲੀਪ ਸਿੰਘ ਸੀ ਜਦੋਂ ਉੱਥੋਂ ਆਪਾਂ ਉੱਥੋਂ ਪਾਕਿਸਤਾਨ ਤੋਂ ਇੱਥੇ ਆਇਆ ਉਹ ਕਿੱਥੇ ਰਿਹਾ, ਕਿਵੇਂ ਰਿਹਾ, ਉਹਨੇ ਕਿੰਨਾ ਸਮਾਂ ਆਪਣਾ ਇੱਥੇ ਬਤੀਤ ਕੀਤਾ ਹੈ ਜੀ, ਉਹਦੇ ਬਾਰੇ ਵੀ ਮੇਰੇ ਬੁੱਕ ਦੇ ਵਿੱਚ ਪੂਰੀ ਜਾਣਕਾਰੀ ਹੈ। ਊਧਮ ਸਿੰਘ ਦਾ ਕਿਹੜਾ ਕਿਹੜਾ ਸਮਾਨ ਸੀ, ਕਿੱਥੇ ਰਿਹਾ, ਉਹਦੇ ਬਾਰੇ ਵੀ ਜਾਣਕਾਰੀ ਹੈ। ਮਹਾਰਾਣੀ ਜਿੰਦਾ ਦਾ ਕੀ ਸਮਾਨ ਸੀ, ਉਹਦੇ ਗਹਿਣੇ, ਉਹਦੇ ਵਸਤਰ, ਜੋ ਪਹਿਨਦੀ ਸੀ, ਜਿਹੜਾ ਕੀਮਤੀ ਸਮਾਨ ਸੀ, ਸਾਡਾ ਸਜਾਵਟੀ ਸਮਾਨ ਸੀ, ਉਹ ਸਾਰਾ ਕੁਛ ਲਿਆਂਦਾ ਇਹਨਾਂ ਨੇ ਇੱਥੇ, ਤੇ ਉਹਦੀਆਂ ਸਾਰੀਆਂ ਲਿਸਟਾਂ ਮੇਰੇ ਥੀਸਿਸ ਦੇ ਵਿੱਚ ਮੌਜੂਦ ਨੇ, ਤੁਸੀਂ ਜਦੋਂ ਮਰਜ਼ੀ ਮੇਰੀ ਬੁੱਕ ਦਾ ਨਾਮ ਤੋਸ਼ਾਖਾਨਾ ਮੈਂ ਰੱਖਿਆ ਹੋਇਆ, ਉਹ ਛਪਣ ਦੇ ਰੂਪ ਵਿੱਚ ਨਹੀਂ ਆਈ ਹੋਈ, ਮੇਰੇ ਕੋਲ ਖਰੜੇ ਦੇ ਰੂਪ ਵਿੱਚ, ਹਾਂਜੀ ਖਰੜੇ ਦੇ ਰੂਪ ਵਿੱਚ 20 ਸਾਲਾਂ ਤੋਂ ਖਰੜੇ ਦੇ ਰੂਪ ਵਿੱਚ, ਉਹਦੇ ਵਿੱਚ ਕਦੇ ਕੋਈ ਐਡ ਕਰ ਲੈਂਦੇ ਹਾਂ ਉਹ ਚੋਂ ਘਟਾ ਦਿੰਦੀ ਹਾਂ ਜੀ, ਤੁਸੀਂ ਇਹਨੂੰ ਦੇਖ ਸਕਦੇ ਹੋ। ਤੇ ਇੰਨੀ ਵਿੱਤ ਨਹੀਂ ਹੈਗੀ ਵੀ ਆਪਣੇ ਕੋਲ ਆਪਾਂ ਘਰੇਲੂ ਤੁਹਾਨੂੰ ਪਤਾ ਵੀ ਹੋਣ ਦੇ ਵਾਸਤੇ। ਜੇ ਚਲੋ ਆਪਾਂ ਸਿੱਧੇ ਰੂਪ 'ਚ ਗੱਲ ਕਰਦੇ, ਆਪਾਂ ਹੋਰ ਵੀ ਗੱਲਾਂ ਕਰਾਂਗੇ, ਜੇ ਖਰੜੇ ਨੂੰ ਛਪਾਉਣਾ ਹੋਵੇ ਅੱਜ ਵੀ ਆਪਾਂ ਜਾਰੀ ਕਰਨਾ ਹੋਵੇ ਕੋਈ, ਚਲੋ ਆਪਾਂ ਗੁਰਦੁਆਰਿਆਂ ਨੂੰ ਵੀ ਪਾਸੇ ਛੱਡ ਦਈਏ ਜਾਂ ਆਪਾਂ ਇਹ ਕਹੀਏ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸੰਸਥਾਵਾਂ ਉਹਨਾਂ ਨੂੰ ਵੀ ਛੱਡ ਦਈਏ, ਬਈ ਜੇ ਕਿੰਨਾ ਕੁ ਖਰਚਾ ਆਉਂਦਾ ਹੈ ਜੇ ਕਿਸੇ ਨੂੰ ਛਪਾਉਣਾ ਹੋਵੇ ਜਾਂ ਕਿਸੇ ਨੇ ਸੇਵਾ ਲੈਣੀ ਹੋਵੇ, ਤੁਸੀਂ ਚਾਹੁੰਦੇ ਆ ਕੋਈ ਛਪਾਵੇ? ਨਹੀਂ, ਮੈਂ ਪੈਸੇ ਨਹੀਂ ਚਾਹੁੰਦੀ, ਮੈਂ ਕਹਿੰਦੀ ਕੋਈ ਵੀ ਸੰਸਥਾ ਛਪਾ ਸਕਦੀ ਆ, ਇਹ ਜਾਣਕਾਰੀ ਭਰਪੂਰ ਖੜਾ, ਇਹ ਬਹੁਤ ਵਧੀਆ ਗੱਲ ਆ। ਸਰਦਾਰ ਰਜਿੰਦਰ ਸਿੰਘ ਪੁਰੇਵਾਲ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਡਰਬੀ ਦੇ ਵਿੱਚ, ਜਿਹੜਾ ਉਹਨਾਂ ਨੇ ਮਿਊਜ਼ੀਅਮ ਤਿਆਰ ਕੀਤਾ, ਉਹਦੇ ਵਿੱਚ ਉਹ ਪੇਂਟਿੰਗਸ ਰੱਖ ਰਹੇ ਨੇ, ਇਹਨਾਂ ਦੀ ਤੋਪਾਂ ਰੱਖੀਆਂ ਨੇ, ਉਹ ਸਾਰਾ ਕੁਛ ਆਪਣੇ ਸਿੱਖ ਇਤਿਹਾਸ ਨੂੰ ਜੋੜ ਰਹੇ ਨੇ, ਤੇ ਮੈਂ ਜਾ ਕੇ ਪਿੱਛੇ ਜੇ ਬੋਲ ਕੇ ਵੀ ਆਈ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਕੋਈ ਤਾਂ ਨਿਤਰਿਆ ਬਾਹਰ। ਠੀਕ ਹੈ, ਤੇ ਉਹਨਾਂ ਨੂੰ ਮੈਂ ਆਪਣੀ ਖੋਜ ਬਾਰੇ ਵੀ ਸਾਰਾ ਕੁਝ ਦੱਸਿਆ ਉਹਨਾਂ ਨੇ, ਆਪਣੀ ਬੁੱਕ ਬਾਰੇ ਵੀ। ਮੇਰੇ ਕੋਲ ਵੀ ਸਾਰਾ ਕੁਛ ਪ੍ਰਾਈਵੇਟ ਕਲੈਕਟਰ ਦੀ ਲਿਸਟ ਹੈਗੀ, ਕਿੱਥੇ ਕੌਣ ਕੌਣ ਕੀ ਸਮਾਨ ਪਿਆ, ਤੇ ਮਿਊਜ਼ੀਅਮ ਬਾਰੇ ਵੀ ਮੈਨੂੰ ਜਾਣਕਾਰੀ ਹੈਗੀ ਆ। ਤੇ ਮੇਰਾ ਕਿਉਂਕਿ ਮੈਂ ਪਾਕਿਸਤਾਨੀ ਸਬਜੈਕਟ ਹੋਣ ਕਰਕੇ ਪਹਿਲਾਂ ਮੇਰਾ ਇਤਿਹਾਸ ਹੈਗਾ ਗੁਰੂ ਨਾਨਕ ਦੇਵ ਜੀ ਬਾਰੇ,
ਸਿੱਖ ਧਰਮ ਬਾਰੇ, ਫਿਰ ਮੈਂ ਸਿੱਖ ਰਾਜ ਬਾਰੇ, ਫਿਰ ਸਿੱਖ ਰਾਜ ਦਾ ਪਤਨ ਕਿਵੇਂ ਹੋਇਆ, ਫਿਰ ਉਹਦੇ ਬਾਰੇ, ਫਿਰ ਸਮਾਨ ਲੁੱਟ ਕੇ ਕਿਹੜਾ ਲੈ ਕੇ ਆਇਆ, ਫਿਰ ਉਹ ਚੈਪਟਰ ਹੈ, ਲੁੱਟ ਕੇ ਫਿਰ ਬ੍ਰਿਟਿਸ਼ ਮਿਊਜ਼ੀਅਮ ਵਿੱਚ ਕੀ ਪਿਆ ਉਹਦਾ ਚੈਪਟਰ ਹੈ, ਤੇ ਪ੍ਰਾਈਵੇਟ ਕਲੈਕਟਰ ਉਹਨੂੰ ਕਿਵੇਂ ਰੱਖ ਰਹੇ ਨੇ ਫਿਰ ਉਹ ਚੈਪਟਰ ਹੈ, ਤੇ ਹੁਣ ਅਜਾਇਬ ਘਰਾਂ ਦੇ ਵਿੱਚ ਆ ਜੀ ਜਿਹੜੇ ਆਪਣੇ ਸਿੱਖਾਂ ਦਾ ਸਮਾਨ ਪਿਆ ਉਹਦੇ ਬਾਰੇ ਚੈਪਟਰ। ਇਹ ਹਰਪ੍ਰੀਤ ਜੀ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਵੀ ਜਿੱਦਾਂ ਅੱਜ ਸਿੱਖ ਕੌਮ ਆਪਾਂ ਕਹਿ ਲਈਏ ਵਿਦੇਸ਼ਾਂ ਦੇ ਵਿੱਚ ਜਾਗਰਤੀ ਆਈ ਜਾਂ 1984 ਤੋਂ ਬਾਅਦ ਜੋ ਕੁਛ ਹੋਇਆ ਸਾਡੇ ਸਿੱਖਾਂ ਨਾਲ, ਤੇ ਸਿੱਖ ਇਹ ਵੀ ਚਾਹੁੰਦੇ ਆ ਕਿ ਸਾਡਾ ਆਪਣਾ ਰਾਜ ਹੋਵੇ, ਪਰ ਰਾਜ ਤੋਂ ਪਹਿਲਾਂ ਜਿਹੜਾ ਸਾਡਾ ਰਾਜ ਸੀਗਾ ਉਹਦੇ ਲਈ ਤੇ ਜਾਣਕਾਰੀ ਤੁਹਾਡੇ ਕੋਲ ਪਈ ਹੈ। ਬਿਲਕੁਲ ਜੀ, ਕਿਉਂਕਿ ਇਸ ਟੌਪਿਕ ਦੇ ਇਦੋਂ ਬਾਅਦ ਕੰਮ ਵੀ ਨਹੀਂ ਹੋਇਆ, 20 ਸਾਲਾਂ ਤੋਂ ਮੈਂ ਇਸੇ ਗੱਲ ਤੇ ਗੌਰ ਕਰ ਰਹੀ ਹਾਂ ਵੀ ਇਦੋਂ ਬਾਅਦ ਵੀ ਮੇਰੀ ਖੋਜ ਤੋਂ ਬਾਅਦ ਵੀ ਕਦੇ ਕਿਸੇ ਦਾ ਇਸ ਵਾਲੇ ਇੰਟਰਸਟ ਗਿਆ ਹੋਵੇ। ਠੀਕ ਹੈ, ਲੋਕਾਂ ਕੋਲ ਇੰਟਰਸਟ ਜ਼ਰੂਰ ਗਿਆ ਵਾ ਵੀ ਨਿਲਾਮੀਆਂ ਤੇ ਪਹੁੰਚਦੇ ਨੇ, ਚੀਜ਼ ਖਰੀਦ ਲੈਂਦੇ ਮਹਿੰਗੇ ਭਾਵਾਂ ਦੇ। ਜਾਣਕਾਰੀ ਹੋਊਗੀ ਆਪਣਾ ਸਮਾਨ ਕੀ ਸੀਗਾ, ਕਿੱਥੇ ਸੀ, ਕਿਵੇਂ ਹਾਲਤ ਵਿੱਚ ਆ, ਇਸ ਟਾਈਮ ਪ੍ਰੈਜੈਂਟ ਕੀ ਆ, ਬੱਚੇ ਜਾ ਕੇ ਦੇਖਣਗੇ। ਇਹ ਇੱਕ ਧਰਮ ਦੇ ਨਾਲ ਜੁੜਨ ਵਾਲੀ ਗੱਲ ਆ, ਆਪਣੇ ਗੁਰੂਆਂ ਨਾਲ ਜੁੜਨ ਦੀ, ਕਿਉਂਕਿ ਗੁਰੂਆਂ ਦੀ ਪਵਿੱਤਰ ਨਿਸ਼ਾਨੀਆਂ ਨੇ। ਠੀਕ ਹੈ, ਹੈ ਨਾ ਜੀ। ਤੇ ਚਲੋ ਆਪਾਂ, ਅਸੀਂ ਆਪਣੇ ਦਰਸ਼ਕਾਂ ਨੂੰ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਾਂਗਾ ਜੇ ਸਿੱਖ ਹੋਣ ਦੇ ਨਾਤੇ ਵੀ, ਕਿ ਜੋ ਹਰਪ੍ਰੀਤ ਕੌਰ ਨੇ ਖੋਜ ਕੀਤੀ ਆ, ਡਾਕਟਰ ਹਰਪ੍ਰੀਤ ਕੌਰ ਜੀ ਨੇ, ਆਪਾਂ ਇਹਦੇ ਵੱਲ ਧਿਆਨ ਦੇਈਏ। ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਕੋਲ ਮਤਲਬ ਹੈਗੀਆਂ ਜਿਹੜੀ ਖੋਜ ਕੀਤੀ ਆ, ਇੱਕ ਬਹੁਤ ਵੱਡੀ ਗੱਲ ਆ। ਸੋ ਅਸੀਂ ਅਪੀਲ ਵੀ ਕਰਾਂਗੇ ਸ਼੍ਰੋਮਣੀ ਕਮੇਟੀ ਨੂੰ ਵੀ, ਜੇ ਅੱਜ ਵੀ ਇਹ ਚੀਜ਼ ਨੂੰ ਜਾਂ ਜਿਹੜਾ ਹੋਰ ਕੋਈ ਸੂਰਮਾ ਮਤਲਬ ਮੈਦਾਨ 'ਚ ਨਿਤਰ ਸਕਦਾ ਹੈ, ਵੀ ਇਹ ਜ਼ਿੰਮੇਵਾਰੀ ਲੈ ਕੇ ਇਹਨਾਂ ਦਾ ਜਿਹੜਾ ਬੋਕਿਆ ਛੁਪਵਾਈ ਜਾਵੇ, ਤਾਂ ਕਿ ਲੋਕਾਂ 'ਚ ਵੰਡੀ ਜਾਵੇ, ਤਾਂ ਜੋ ਇਹਨਾਂ ਨੇ ਖੋਜ ਕੀਤੀ ਉੱਤੇ ਜਿਹੜਾ ਮਤਲਬ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਹਰਪ੍ਰੀਤ ਕੌਰ ਜੀ ਅੱਜ ਕੱਲ੍ਹ ਕੀ ਕਰਦੇ ਹੋ? ਮੇਰੇ ਫਾਦਰ ਦੀ ਡੈਥ ਤੋਂ ਬਾਅਦ ਮੈਂ ਉਹਨਾਂ ਦੀ ਯਾਦ ਵਿੱਚ ਬਸੰਤ ਸਿੰਘ ਖਾਲਸਾ ਪਬਲਿਕ ਸਕੂਲ ਪਲੱਸ ਟੂ ਤੱਕ ਸੰਗਰੂਰ ਜ਼ਿਲ੍ਹੇ ਵਿੱਚ ਚਲਾ ਰਹੀ ਹਾਂ ਜੀ। ਅੱਛਾ, ਤੇ ਜਿਸ ਤਰ੍ਹਾਂ ਸੰਗਰੂਰ ਜ਼ਿਲ੍ਹਾ ਬਹੁਤ ਪਛੜਿਆ ਹੋਇਆ ਇਲਾਕਾ ਹੈ, ਖਾਸ ਜ਼ਿਲ੍ਹੇ ਦੇ ਵਿੱਚ ਆ ਜਾਂ ਪਿੰਡ? ਹਾਂਜੀ, ਪਿੰਡ ਵਾ, ਕੈਂਪਰ ਪਿੰਡ ਹੈ ਜੀ ਦਿੜਬੇ ਵਿੱਚ। ਅੱਛਾ, ਤੇ ਉੱਥੇ ਗਰੀਬ ਭੱਠੇ ਵਾਲੇ ਤੇ ਦਿਹਾੜੀ ਵਾਲੇ ਲੋਕ ਬਹੁਤ ਰਹਿੰਦੇ ਸੀ। ਠੀਕ ਹੈ, ਤੇ ਮੇਰੇ ਹਸਬੈਂਡ ਪਹਿਲਾਂ ਜਦੋਂ ਉੱਥੇ ਕੰਮ ਕਰਦੇ ਸੀ ਤੇ ਮੈਂ ਇੱਥੋਂ ਪੜ੍ਹ ਕੇ ਗਈ ਸੀ, ਪੀਐਚਡੀ ਕਰਕੇ ਗਈ ਸੀ, ਤੇ ਮੈਂ ਸੋਚਿਆ ਵੀ ਕੋਈ ਇਹੋ ਜਿਹਾ ਕਾਰਜ ਕੀਤਾ ਜਾਵੇ ਤੇ ਨਾਲੇ ਤੇ ਮੇਰੇ ਪਿਤਾ ਦੀ ਯਾਦ ਤਾਜ਼ੀ ਰਹੇ ਤੇ ਨਾਲ ਨਾਲ ਮੈਂ ਆਪਣੀ ਰਿਸਰਚ ਨੂੰ ਕੰਟੀਨਿਊ ਕਰ ਸਕਾਂ। ਸੋ ਉੱਥੇ ਮੈਂ ਬਸੰਤ ਸਿੰਘ ਖਾਲਸਾ ਪਬਲਿਕ ਸਕੂਲ ਪਲੱਸ ਟੂ ਤੱਕ ਖੋਲਿਆ, ਜਿਹਦੇ ਵਿੱਚ ਮੇਰੇ ਕੋਲ ਕਰੀਬ 500 ਦੇ ਕਰੀਬ ਬੱਚੇ ਨੇ ਤੇ 200-250 ਬੱਚਾ ਉਹ ਵਿੱਚ ਫ੍ਰੀ ਵਾਂਗੂ ਆਉਂਦਾ, ਕਿਉਂਕਿ ਤੁਹਾਨੂੰ ਪਤਾ ਵੀ ਉਹ ਬੈਲਟ ਸਾਰੀ ਗਰੀਬ ਹੋਣ ਕਰਕੇ, ਲੋਕ ਨਸ਼ਿਆਂ ਦੇ ਵਿੱਚ ਹੋਣ ਕਰਕੇ ਉਹਨਾਂ ਕੋਲ ਕੋਈ ਪੈਸੇ ਨਹੀਂ ਸੀ। ਤੋ ਸਭ ਦੇ ਸਹਿਯੋਗ ਦੇ ਨਾਲ ਮੈਂ ਔਖੀ ਸੌਖੀ ਪਿਛਲੇ 10 ਸਾਲਾਂ ਤੋਂ ਇਹ ਸਕੂਲ ਚਲਾ ਰਹੀ ਹਾਂ ਜੀ। ਹਰਪ੍ਰੀਤ ਕੌਰ ਜੀ ਬਹੁਤ ਵਧੀਆ ਜਿਹੜਾ ਤੁਸੀਂ ਇਹ ਮਤਲਬ ਇੱਕ ਭਲਾਈ ਦਾ ਕੰਮ ਕਰ ਰਹੇ ਹੋ ਜੀ। ਸਕੂਲ ਚਲਾਉਣੇ ਖਾਲਾ ਜੀ ਦਾ ਵਾੜਾ ਸੀਗਾ, ਬਹੁਤ ਔਖਾ ਸੀ, ਬਹੁਤ ਔਖਾ, ਪਰ ਫੇਰ ਵੀ ਜਿੱਦਾਂ ਤੁਸੀਂ ਕਿਹਾ ਵੀ 250-250 ਬੱਚਾ ਜਿਨ੍ਹਾਂ ਨੂੰ ਉਹਨਾਂ ਤੋਂ ਫੀਸ, ਬਿਲਕੁਲ ਜੀ, ਹਰ ਸਾਲ ਅਸੀਂ ਵਰਦੀਆਂ ਦਿੰਦੇ ਹਾਂ, ਸਟੇਸ਼ਨਰੀ ਦਿੰਦੇ ਹਾਂ, ਬੂਟ ਦਿੰਦੇ ਹਾਂ ਜੀ। ਇਹ ਸਵਾਲ ਸੀ ਵੀ ਖਰਚਾ ਕਿੱਥੋਂ ਆਉਂਦਾ? ਖਰਚਾ ਜੀ ਸਹਿਯੋਗ ਦੇ ਨਾਲ ਹੀ ਆਉਂਦਾ। ਅੱਛਾ, ਜਦੋਂ ਕਿਉਂਕਿ ਮੈਂ ਪੋਸਟ ਪਾਉਣੀ ਹੈ ਜਿਹਦੇ ਵਿੱਚ ਮੈਂ ਬੇਨਤੀ ਕਰਦੀ ਵੀ ਸਾਡੇ ਸਕੂਲ ਦੇ ਗਰੀਬ ਸਕੂਲ ਦੇ ਬੱਚੇ ਜਿਹੜੇ ਹੈਗੇ ਗਰਮ ਪਾਣੀ ਪੀਂਦੇ ਆ, ਸਾਨੂੰ ਵਾਟਰ ਕੂਲਰ ਦੀ ਲੋੜ ਆ, ਮੇਰੇ ਬੱਚੇ ਗਰਮੀ ਆ ਗਏ, ਨੰਗੇ ਪੈਰੀ ਆ ਰਹੇ ਨੇ, ਸਾਨੂੰ ਬੂਟਾਂ ਦੀ ਲੋੜ ਆ, ਸਾਨੂੰ ਕੋਟੀਆਂ ਦੀ ਲੋੜ ਆ ਬਹੁਤ ਸਾਰੇ, ਕਿਉਂਕਿ ਅਸੀਂ ਪੈਸਾ ਇਕੱਠਾ ਕਰਨ ਨੂੰ ਤੇ ਜਿੰਨਾ ਮਰਜ਼ੀ ਕਰ ਲਈਏ, ਪਰ ਮੈਂ ਚਾਹੁੰਦੀ ਆ ਵੀ ਕੋਈ ਵੀ ਸੱਜਣ ਆ ਕੇ ਮੇਰੇ ਸਕੂਲ ਨੂੰ ਵਿਜ਼ਿਟ ਕਰੇ ਤੇ ਉਹ ਦੇਖੇ ਤੇ ਜਿਹੜੀ ਸਾਨੂੰ ਲੋੜ ਦੀ ਚੀਜ਼ ਆ ਸਾਨੂੰ ਉਹ ਦੇਵੇ। ਤੇ ਕੋਈ ਨਿਤਰਿਆ? ਹਾਂਜੀ, ਇਹ ਤਾਂ ਚੰਗਿਆ ਵੀ ਹੈਗੇ ਨੇ ਲੋਕ ਦੁਨੀਆਂ ਦੇ ਉੱਤੇ ਤੇ ਕਾਫੀ ਚੀਜ਼ ਤੋਂ ਜਿੰਨੀ ਕੁ ਸਪੋਰਟ ਹੋ ਜਾਂਦੀ ਹੈ, ਪਰ ਮੇਰੇ ਕੋਲ ਜਿਹੜਾ ਸਟਾਫ ਹੈਗਾ ਉਹ ਬਹੁਤ ਵੀ, ਤੁਸੀਂ ਪੁੱਛੋ ਵੀ 2-2 ਹਜ਼ਾਰ ਦੇ ਉੱਤੇ ਵੀ ਮੈਂ ਟੀਚਰਸ ਰੱਖੇ ਹੋਏ ਨੇ ਤੇ ਇਸ ਬਾਰੇ ਮੈਂ ਜਾਣਕਾਰੀ ਦੇਣਾ ਚਾਹੂੰਗੀ ਵੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੋਣ ਕਰਕੇ 2 ਹਜ਼ਾਰ ਤੱਕ ਆਮ ਜੇ ਆਪਾਂ ਕਹਿੰਦੇ ਹਾਂ ਕੁਛ ਨਹੀਂ ਆਉਂਦਾ ਜੀ ਪੰਜਾਬ ਦੇ ਵਿੱਚ, ਜਲੰਧਰ ਤੋਂ ਕਿਰਾਇਆ ਜਾਣਾ ਹੋਵੇ ਤੇ ਕਿਰਾਇਆ ਜਾਂਦਾ 2 ਹਜ਼ਾਰ ਮਹੀਨਾ ਦੇ ਉੱਤੇ ਮੇਰੇ ਕੋਲ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਵੀ ਚਾਹੀਦਾ ਤੇ ਕਈਆਂ ਦੇ ਅੰਦਰ ਭਾਵਨਾ ਵੀ, ਮੈਨੂੰ ਦੇਖ ਕੇ ਵੀ ਭਾਵਨਾ ਹੁੰਦੀ ਕਿ ਮੈਂ ਤੁਸੀਂ 10 ਸਾਲ ਤੋਂ ਕਿਵੇਂ ਚਲਾ ਰਹੇ ਹੋ, ਮੈਂ ਕਿਹਾ ਵੀ ਇੱਥੇ ਤਾਂ ਰੱਬ ਵੱਸਦਾ। ਠੀਕ ਹੈ, ਹਾਂਜੀ, ਤੇ ਉਹ ਮੇਰੀਆਂ ਲੋੜਾਂ ਨੂੰ ਵੀ ਪੂਰੀਆਂ ਕਰ ਰਿਹਾ ਤੇ ਸਕੂਲ ਦੇ ਸਵਾਲ ਇਹ ਕਿ ਇਹ ਬੱਚੇ ਇਕੱਲੇ ਸਿੱਖ ਹੀ ਆ
ਐਜੂਕੇਸ਼ਨ ਸੋਸਾਇਟੀ ਬਣਾਈ ਹੈ ਜੀ, ਉਹਦੇ ਅੰਡਰ ਮੈਂ ਸਾਰੇ ਪ੍ਰੋਜੈਕਟ ਨੂੰ ਕੰਮ ਕਰਦੀ ਵੀ। ਹਰਪ੍ਰੀਤ ਜੀ, ਜਿੱਦਾਂ ਹੁਣ ਬੱਚੇ ਜਦੋਂ ਆਉਂਦੇ ਆ, ਜਿੱਦਾਂ ਹੁਣ ਕਈ ਵਾਰੀ ਆਪਾਂ, ਕਿਉਂਕਿ ਤੁਹਾਡੇ ਪਿਤਾ ਦਾ ਨਾਂ ਵੀ ਖਾਲਸਾ, ਤੁਹਾਡਾ ਨਾਂ ਵੀ ਖਾਲਸਾ, ਜਿਹੜੀ ਰੋਜ਼ ਦੀ ਸਕੂਲ ਦੀ ਮਤਲਬ ਗਤੀਵਿਧੀ ਆ, ਜਾਂ ਆਪਾਂ ਕਿੱਥੋਂ ਸਟਾਰਟ ਕਰਦੇ ਹਾਂ, ਕਿਵੇਂ ਮਤਲਬ ਬੱਚਿਆਂ ਨੂੰ ਆਰੰਭਤਾ ਕਿਵੇਂ ਹੁੰਦੀ ਆ ਤੇ ਸਮਾਪਤੀ ਕਿੱਦਾਂ ਕਰਦੇ? ਬਿਲਕੁਲ ਜੀ, ਜੋ ਸਵੇਰੇ ਸਕੂਲ ਦੇ ਬੱਚੇ ਆਉਂਦੇ ਨੇ ਤੇ ਬਹੁਤ ਹੀ ਹੱਦ ਤੱਕ ਤਾਂ ਬੱਚੇ ਪੈਦਲ ਹੀ ਆਉਂਦੇ ਨੇ, ਕਿਉਂਕਿ ਤੁਹਾਨੂੰ ਪਤਾ ਵੀ ਸਾਰੇ ਜਣੇ ਪ੍ਰੋਵਾਈਡ ਨਹੀਂ ਕਰ ਸਕਦੇ ਤੇ ਦੋ ਬੱਸਾਂ ਰੱਖੀਆਂ ਹੋਈਆਂ, ਦੋ ਦੋ ਗੇੜੇ ਕਰਦੀਆਂ ਨੇ, ਤੇ ਜਦੋਂ ਅਸੀਂ ਪ੍ਰੇਅਰ ਕਰਦੇ ਹਾਂ ਜੋ ਮੰਗੇ ਠਾਕੁਰ ਆਪਣੇ ਤੋਂ, ਉਦੋਂ ਸਾਡੇ ਪ੍ਰੇਅਰ ਹੁੰਦੀ ਆ। ਕਾਫੀ ਹੱਦ ਤੱਕ ਸਿੱਖ ਬੱਚਿਆਂ ਨੂੰ ਅਸੀਂ ਪੱਗਾਂ ਦਿੱਤੀਆਂ ਨੇ ਮੇਰੇ, ਤੁਸੀਂ ਸੋਸਾਇਟੀ ਦੇ ਵਿੱਚ ਜਾ ਕੇ ਦੇਖੋ ਵੀ ਬਹੁਤ ਸਾਰੇ ਬੱਚੇ ਪੱਗਾਂ ਬੰਨ ਕੇ ਆਉਂਦੇ ਨੇ ਬਲੂ ਕਲਰ ਦੀਆਂ, ਤੇ ਬਾਕੀ ਅਸੀਂ ਗੁਰਮਤਿ ਕੈਂਪ ਲਾਉਂਦੇ ਹਾਂ, ਠੀਕ ਹੈ, ਹੈ ਨਾ ਜੀ। ਤੇ ਬਾਕੀ ਤੁਹਾਨੂੰ ਦੱਸੋ ਵੀ ਗਰੀਬੀ ਹੁਣ ਤੱਕ ਜਿਹੜੀ ਕੁੜੀਆਂ ਮੇਰੇ ਕੋਲ ਪਲੱਸ ਟੂ ਕਰਕੇ ਚਲੀਆਂ ਜਾਂਦੀਆਂ ਨੇ, ਤੇ ਗਰੀਬ ਲੋਕ ਸੋਚਦੇ ਨੇ ਵੀ ਬਸ ਪਲੱਸ ਟੂ ਤੱਕ ਤਾਂ ਇਸੇ ਸਕੂਲ ਜਾਂਦੀ ਰਹੀ ਵੀ ਹੁਣ ਇਹਦਾ ਵਿਆਹ ਕਰ ਦਈਏ, ਕਿਉਂਕਿ ਉਹਨਾਂ ਕੋਲ ਕਮਾਈ ਦਾ ਸਾਧਨ ਨਹੀਂ ਹੈ, ਹੈ ਨਾ। ਤੇ ਇਸ ਕਰਕੇ ਮੈਂ ਨਾਲ ਨਾਲ ਇੱਕ ਸਿਲਾਈ ਕਢਾਈ ਸੈਂਟਰ ਚਲਾਇਆ ਜਿਹਦੇ ਵਿੱਚ ਇੱਕ ਟੀਚਰ ਰੱਖਿਆ ਹੋਇਆ, ਘੱਟੋ ਘੱਟ 100 ਕੁੜੀਆਂ ਜਿਹੜੀ ਫ੍ਰੀ ਉਸ ਸਿਲਾਈ ਕਢਾਈ ਸਿੱਖ ਜਾਂਦੀ ਸਾਡੇ, ਠੀਕ ਹੈ, ਤੇ ਇਹਦੇ ਨਾਲ ਸਾਡੇ ਨਾਲ ਪਰਿਵਾਰ ਜੁੜ ਜਾਂਦੇ ਨੇ। ਤੇ ਜਦੋਂ ਜਿੱਦਾਂ ਬੱਚਿਆਂ ਦੀ ਕੋਈ ਸਪੈਸ਼ਲ ਵਰਦੀ ਆ, ਕੁੜੀਆਂ ਨੇ ਸਾਰੀਆਂ ਤੇ ਚੰਗੇ ਪਰਿਵਾਰਾਂ ਵਿੱਚ ਆਉਂਦੀਆਂ ਨੇ, ਜਿਨ੍ਹਾਂ ਨੂੰ ਐਕਸਪੀਰੀਅੰਸ ਦੀ ਲੋੜ ਆ, ਕਿਉਂਕਿ ਤੁਹਾਨੂੰ ਪਤਾ ਸਰਕਾਰੀ ਨੌਕਰੀਆਂ ਨਿਕਲ ਨਹੀਂ ਰਹੀਆਂ ਤੇ ਮਾਂ ਬਾਪ ਚਾਹੁੰਦੇ ਨੇ ਵੀ ਇੱਕ ਪਿੰਡ ਦੇ ਨੇੜੇ, ਕਿਉਂਕਿ 20 ਪਿੰਡਾਂ ਤੋਂ ਬੱਚੇ ਆਉਂਦੇ ਨੇ, ਉਹਨਾਂ ਦੇ ਉੱਥੇ ਟੀਚਰ ਆਉਂਦੇ ਨੇ ਮੇਰੇ ਕੋਲ। ਤੇ ਜਿੱਦਾਂ ਹੁਣ ਜੇ ਆਪਾਂ ਰੋਜ਼ ਦਾ ਜਿਹੜਾ ਆਪਾਂ ਜਿੱਦਾਂ ਖਾਣ ਨੂੰ ਕੀ ਆ, ਬ੍ਰੇਕਫਾਸਟ ਦੇ ਵਿੱਚ ਕੀ ਦਿੰਦੇ ਆ? ਨਹੀਂ, ਅਸੀਂ ਏਦਾਂ ਦਾ ਕੁਛ ਨਹੀਂ ਕਰਦੇ, ਪਰ ਅਸੀਂ ਸ਼ਨੀਵਾਰ ਜ਼ਰੂਰ ਰੱਖਿਆ ਹੋਇਆ, ਕਿਉਂਕਿ ਉਸ ਸ਼ਨੀਵਾਰ ਦਿਨ ਹਾਫ ਡੇ ਹੁੰਦਾ ਸਾਡੇ ਸਕੂਲ 'ਚ, ਆਪਣਾ ਲਿਆਉਂਦੇ ਨਹੀਂ ਖਾਣ, ਉਹ ਉਹਦੇ ਅਸੀਂ ਫਰੂਟ ਵੰਡਦੇ ਹਾਂ, ਛੋਟੇ ਬੱਚਿਆਂ ਨੂੰ ਅਸੀਂ ਬਿਸਕਿਟ ਵੰਡਦੇ ਹਾਂ, ਠੀਕ ਹੈ। ਤੇ ਕਿਉਂਕਿ ਸਾਡੇ ਕੋਲ ਸਾਰਾ ਟਾਈਮ ਕੁਛ ਨਾ ਕੁਛ ਇਹੋ ਜਿਹੀ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਨੇ, ਕੋਈ ਜੋ ਸਾਡੇ ਵਿਜ਼ਿਟ ਕਰਨ ਆਉਂਦਾ, ਕੋਈ ਸਾਨੂੰ ਕੇਲੇ ਦੇ ਜਾਂਦਾ ਗਰੀਬ ਹੋਣ ਕਰਕੇ, ਹੈ ਨਾ, ਕੋਈ ਫਰੂਟ ਵੰਡ ਦਿੰਦਾ, ਤੇ ਕੋਈ ਕੋਈ ਜਿਵੇਂ ਪੱਗਾਂ ਵੰਡ ਗਏ ਸੀ, ਕਿਉਂਕਿ ਹੈ ਨਾ, ਤੇ ਵੀ ਤੁਹਾਨੂੰ ਸਾਡੀ ਰਿਕੁਆਇਰਮੈਂਟ ਦੇ ਮੁਤਾਬਕ ਸਾਨੂੰ ਦੇ ਜਾਂਦਾ ਵਾ। ਉਹਦੇ ਵਿੱਚ ਅਸੀਂ ਦੋ ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਰੱਖੀਆਂ ਹੋਈਆਂ ਨੇ, ਜਿਹੜੀ ਦੋ ਦੋ ਦਿਨ ਤਿੰਨ ਗੇੜੇ ਮਾਰਦੀਆਂ ਨੇ, ਤੇ ਜਿਹੜੇ ਬੱਚੇ ਬੜੇ ਦੂਰੋਂ ਆਉਂਦੇ ਨੇ, ਅਪਾਹਜ ਬੱਚੇ ਵੀ ਹੈਗੇ ਨੇ ਮੇਰੇ ਕੋਲ, ਹੈ ਨਾ ਜੀ, ਤੇ ਫਿਰ ਉਹਨਾਂ ਕਰਕੇ ਕਿਉਂਕਿ ਫੌੜੀਆਂ ਤੇ ਆਉਂਦੇ ਨੇ, ਫਿਰ ਇਹਨਾਂ ਕਰਕੇ ਸਾਨੂੰ ਸਹਿਯੋਗ ਦੇ ਨਾਲ ਹੀ ਮੈਨੂੰ ਇੱਕ ਬੱਸ ਲੈਣੀ ਪਈ, ਰੈਂਟ ਦੇ ਉੱਤੇ ਬੱਸ ਪਾਈ ਹੋਈ ਹੈ, ਤੇ ਉਹਦੇ ਵਿੱਚ ਸਾਡੇ ਕੋਲ ਬੱਚੇ ਆਉਂਦੇ। ਵੈਸੇ ਉਦਾਂ ਜਿੱਦਾਂ ਤੁਸੀਂ ਦੱਸਿਆ ਵੀ ਗਰੀਬ ਬੱਚੇ ਦੇ 250 ਹੈਗੇ, ਵੈਸੇ ਫੀਸ ਵੀ ਰੱਖੀ ਹੋਈ? ਹਾਂਜੀ, ਫੀਸ ਰੱਖੀ ਹੋਈ ਆ, ਵੀ ਜਿਵੇਂ ਮੇਰੇ ਨਾਲ ਦੇ ਸਕੂਲਾਂ 'ਚ 20,000 ਰੁਪਏ ਪਰ ਮੰਥ ਆ, ਤੇ ਮੇਰੀ 4,000 ਜਾਂ 5,000 ਪੂਰੇ ਸਾਲ ਦੀ ਫੀਸ ਆ। ਉਹ ਮੰਥ ਦੀ 20,000 ਆ? ਉਹਨਾਂ ਦੇ ਤਾਂ ਪੂਰੇ ਸਾਲ ਦੀ ਉੱਕਾ ਸੁੱਕਾ ਚੱਲਦਾ ਹੁੰਦਾ ਜੀ ਪਿੰਡਾਂ 'ਚ, ਤੇ ਮੇਰੇ ਉੱਕਾ ਸੁੱਕਾ 4,000 ਚੱਲਦਾ, ਤੇ ਜਦੋਂ ਲਾਉਂਦੇ ਨੇ ਉਦੋਂ 4,000 ਕਰ ਜਾਂਦੇ ਨੇ, ਤੇ ਇਸ ਤੋਂ ਬਾਅਦ ਫਿਰ ਉਹਨਾਂ ਦੀ ਮਾਵਾਂ ਆ ਕੇ ਰੋਂਦੀਆਂ ਨੇ ਵੀ ਸਾਡੇ, ਉਹ ਤਾਂ ਭੁੱਖੀ ਖਾਂਦਾ, ਹਾਂਜੀ, ਉਹ ਤਾਂ ਭੁੱਖੀ ਖਾਂਦਾ ਜੀ, ਉਹ ਤਾਂ ਕੁੱਟਦਾ ਜੀ, ਉਹ ਤਾਂ ਐਂ ਕਰਦਾ, ਫਿਰ ਅਸੀਂ ਸਵਾਈ ਚੁੱਪ ਕਰਨ ਤੋਂ ਹੋਰ ਕੀ ਫਿਰ ਬਹੁਤ ਮਿਨੀਮਮ ਆ ਇਹ। ਬਿਲਕੁਲ ਜੀ, ਇਸ ਬਾਰੇ ਤੁਸੀਂ ਕਿਤੋਂ ਵੀ ਜਾਣਕਾਰੀ ਕਰ ਸਕਦੇ ਹੋ ਵੀ 3,20,000 ਦਾ ਘਾਟਾ ਪਿਆ ਮੈਨੂੰ ਹਰ ਸਾਲ, ਘਾਟਾ ਪੈਂਦਾ। ਅੱਛਾ, ਕਿਉਂਕਿ ਜਦੋਂ ਐਂਡ ਦਾ ਟਾਈਮ ਆਉਂਦਾ, ਲੋਕ ਜਿਹੜੇ ਪੇ ਨਹੀਂ ਕਰ ਸਕਦੇ ਉਹ ਮੇਰੇ ਕੋਲ ਹਟਾ ਕੇ ਦੂਜੇ ਸਕੂਲਾਂ ਵਿੱਚ ਲਾ ਦਿੰਦੇ ਨੇ। ਬਹੁਤ ਸਾਰੇ ਲੋਕ ਸਾਨੂੰ ਮਦਦ ਕਰਨ ਆਉਂਦੇ ਨੇ, ਤੇ ਦੋ ਚਾਰ ਮੇਰੇ ਕੋਲ ਟੀਚਰ ਇਹੋ ਜਿਹੇ ਜਿਹੜੇ ਫ੍ਰੀ ਐਜੂਕੇਸ਼ਨ ਵੀ ਦਿੰਦੇ ਨੇ।
ਠੀਕ ਹੈ, ਮਤਲਬ ਪਰਿਵਾਰਕ ਤੌਰ ਤੇ ਤੁਹਾਡਾ ਜਿਹੜਾ ਨਿਰਵਾਹ ਵੱਖਰੇ ਰੂਪ ਚ, ਜਿੱਦਾਂ ਤੁਹਾਡੇ ਪਤੀ ਦੇਵ ਕੰਮ ਕਰਦੇ ਆ, ਤੁਹਾਡੇ ਭਰਾ ਜਿਹੜੇ, ਦਰਸ਼ਕੋ ਮੈਂ ਦੱਸ ਦਵਾਂ ਬਿਕਰਮਜੀਤ ਸਿੰਘ ਖਾਲਸਾ, ਉਹ ਵੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਆ, ਐਮ ਐਲ ਏ ਵੀ ਰਹਿ ਚੁੱਕੇ ਆ, ਤੇ ਮਤਲਬ ਅੱਜ ਵੀ ਉਹ ਕੀ ਆ PPS ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਨੇ। ਠੀਕ ਹੈ, ਤੋ ਮੇਰੇ ਪਿਤਾ ਜੀ ਇੰਨੇ ਸਾਰਾ ਅਕਾਲੀ ਰਹੇ ਨੇ, ਫਿਰ ਉਹੀ ਉਹਨਾਂ ਦੇ ਲੀਹਾਂ ਦੇ ਉੱਤੇ ਚੱਲਦੇ ਹੋਏ ਅਸੀਂ ਉੱਥੇ ਡਟੇ ਖੜੇ। ਮੈਂ ਹੁਣ ਮੁੜ ਕੇ ਉੱਥੇ ਆਉਣਾ ਬਈ, ਇਹ ਚਲੋ ਤੁਹਾਡਾ ਜਿਹੜਾ ਹੁਣ ਤੁਸੀਂ ਸਕੂਲ ਚਲਾਉਣੇ, ਬਹੁਤ ਵਧਾਈ ਦੇ ਪਾਤਰ ਆ ਤੁਸੀਂ। ਜਦੋਂ ਤੁਸੀਂ ਇਹ ਬੁੱਕ ਛਾਪਣ ਲਈ, ਤੋਸ਼ਾਖਾਨਾ ਬੁੱਕ ਛਾਪਣ ਲਈ, ਕਿਹੜੇ ਕਿਹੜੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦੇ ਨੂੰ ਅਪਰੋਚ ਕੀਤੀ ਆ, ਤੇ ਉਹਨੇ ਕੀ ਕੀ ਜਵਾਬ ਦਿੱਤਾ? ਸ਼੍ਰੋਮਣੀ ਕਮੇਟੀ ਦੇ ਮੱਕੜ ਸਾਹਿਬ ਵੀ ਮੇਰੇ ਪਿਤਾ ਦੇ ਬਹੁਤ ਅੱਛੇ ਫਰੈਂਡ ਸੀ, ਤੇ ਘੱਟੋ ਘੱਟ ਮੈਂ 10-20 ਵਾਰੀ ਉਹਨਾਂ ਕੋਲ ਗਈ ਹੋਊਂਗੀ ਵੀ ਭਾਜੀ ਵੀ ਮੇਰਾ ਨਿੱਜੀ ਕੰਮ ਨਹੀਂ ਹੈ, ਮੇਰੀ ਬੁੱਕ ਵਾ, ਮੇਰੀ ਬੁੱਕ ਵਾ। ਸੋ ਇਹ ਜਿਹੜੇ ਰੁਝੇਵੇਂ ਸੀਗੇ ਉਹਨਾਂ ਨੇ ਇਸ ਗੱਲ ਬਾਰੇ ਕੋਈ ਗੌਰ ਨਹੀਂ ਕੀਤੀ, ਤੇ ਹੁਣ ਮੈਂ 2-3 ਵਾਰੀ ਟਾਈਮ ਲਿਆ ਵਾ ਜੀ, ਆਪਣੇ ਜਿਹੜੇ ਲੌਂਗੋਵਾਲ ਸਾਹਿਬ ਬਣੇ ਨੇ, ਮੈਂ ਚਾਹੁੰਦੀ ਹਾਂ ਕਿਉਂਕਿ ਇਸ ਲਾਈਨ ਵੱਲ ਕੋਈ ਜਾਂਦਾ ਹੀ ਨਹੀਂ ਦੁੱਖ ਦੀ ਗੱਲ। ਹਾਂਜੀ, ਬਡੂੰਗਾ ਸਾਹਿਬ ਨੂੰ ਵੀ ਮਿਲੇ, ਉਹਨਾਂ ਨੂੰ ਵੀ ਮੇਰੀ ਸਾਰੀਆਂ ਗੱਲਾਂ ਦਾ ਪਤਾ। ਮੈਂ ਕਹਿਣ ਤੋਂ ਭਾਵ ਕਦੇ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ, ਵੀ ਮੈਂ ਕਿੰਨਾ ਚਾਹਿਆ। ਅਸੀਂ ਤਾਂ ਚਾਹੁੰਦੇ ਹਾਂ, ਦੇਖੋ ਦਰਸ਼ਕਾਂ ਨੂੰ ਕਈ ਵਾਰੀ ਹੁੰਦਾ ਕਹਿਣਾ ਵੀ ਪਤਾ ਨਹੀਂ ਜਿਹੜੇ ਬਡੂੰਗਾ ਸਾਹਿਬ, ਉਹ ਕਿਉਂਕਿ ਆਪ ਵੀ ਪੜ੍ਹੇ ਲਿਖੇ ਆ, ਉਹਨਾਂ ਦੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਆ, ਤੇ ਸ਼ਾਇਦ ਉਹਨਾਂ ਨੂੰ ਕਈ ਜੇ ਆਪਾਂ ਲੌਂਗੋਵਾਲ ਕੋਲ ਜਾਈਏ, ਸ਼ਾਇਦ ਉਹਨੂੰ ਇਹ ਪਤਾ ਹੀ ਨਾ ਹੋਵੇ ਜਾਂ ਇਹ ਜਾਣਕਾਰੀ ਨਾ ਹੋਵੇ ਬੁੱਕ ਦਾ ਮਤਲਬ ਕੀ ਹੁੰਦਾ। ਮੈਂ ਇਹ ਸਮਝਦੀ ਹਾਂ, ਮੈਂ ਇਸ ਕਰਕੇ ਚੁੱਪ ਕਰ ਗਈ ਹਾਂ ਜੀ, ਵੀ ਮੈਨੂੰ ਲੱਗਦਾ ਵੀ ਜੋ ਕੁਛ ਮੈਂ ਕੀਤਾ ਉਹ ਮੈਂ ਜਾਣਦੀ ਹਾਂ, ਮੈਂ ਕੀਤਾ ਦੂਜੇ ਬੰਦੇ ਨੂੰ ਉਸਦੀ ਵੈਲਿਊ ਦਾ ਹੀ ਨਹੀਂ ਪਤਾ। ਹਾਂ, ਇਸ ਕਰਕੇ ਮੈਂ ਪਿੱਛੇ ਵੀ ਹਟ ਗਈ ਹਾਂ, ਇੰਨੇ ਸਾਲਾਂ ਤੋਂ ਮੈਂ ਛਪਵਾਈ ਵੀ ਨਹੀਂ ਹੈਗੀ, ਤੇ ਪਰ ਮੇਰੇ ਅੰਦਰ ਇਹ 24 ਘੰਟੇ ਚੱਲਦਾ ਰਹਿੰਦਾ ਵੀ ਪਰਮਾਤਮਾ ਨੇ ਇਹ ਕਾਰਜ ਮੈਨੂੰ ਦਿੱਤਾ ਸੀ ਤੇ ਪਰ ਨੇਪਰੇ ਨਹੀਂ ਚੜਿਆ। ਚਲੋ, ਅਸੀਂ ਅੱਜ ਇਹ ਵੀ ਮਤਲਬ ਸੰਗਤਾਂ ਕੇ ਤੁਹਾਡਾ ਜਿਹੜਾ ਸਵਾਲ ਹੈ ਰੱਖਤਾ, ਕੋਈ ਨਾ ਕੋਈ ਅਸੀਂ ਜਿਹੜੇ ਆਵਾਜ਼ ਕੌਮ ਦੇ ਦਰਸ਼ਕ ਆ ਇਹਨਾਂ ਨੂੰ ਵੀ ਅਪੀਲ ਬੇਨਤੀ ਕਰਦੇ ਹਾਂ, ਕੋਈ ਇਹ ਨਹੀਂ ਅਪੀਲ ਕਰਦੇ ਕਿ ਸਾਨੂੰ ਪੈਸੇ ਚਾਹੀਦੇ ਆ, ਇਹ ਅਪੀਲ ਕਰਦੇ ਹਾਂ ਵੀ ਜੇ ਕੋਈ ਮਤਲਬ ਸਿੱਖ ਪੰਥ ਦੇ ਵਿੱਚ ਚਾਹੁੰਦਾ ਆ ਜਿਹੜਾ ਸਾਡਾ ਇਤਿਹਾਸ ਆ ਸਾਂਭਿਆ ਜਾਵੇ, ਬੀਬੀ ਹਰਪ੍ਰੀਤ ਕੌਰ, ਡਾਕਟਰ ਹਰਪ੍ਰੀਤ ਕੌਰ ਨੇ ਇੰਨੀ ਮਿਹਨਤ ਕੀਤੀ ਆ ਵੀ ਅਸੀਂ ਇਹਨਾਂ ਦੀ ਇਹ ਬੁੱਕ ਛਾਪਣ ਦੀ ਜ਼ਿੰਮੇਵਾਰੀ ਲੈ ਲਈਏ, ਇਹ ਵੀ ਬਹੁਤ ਵੱਡੀ ਗੱਲ ਹੋਵੇਗੀ। ਸੋ ਮੈਂ ਆਪਣੇ ਵੱਲੋਂ ਵੀ ਇਹ ਬੇਨਤੀ ਕਰੂੰਗਾ ਆਵਾਜ਼ ਕੌਮ ਦੇ ਜਿੰਨੇ ਵੀ ਦਰਸ਼ਕ ਆ ਜਿਹੜੇ ਸਾਨੂੰ ਇੰਗਲੈਂਡ, ਅਮਰੀਕਾ, ਕਨੇਡਾ, ਪੰਜਾਬ ਦੇ ਵਿੱਚ ਕਿਤੇ ਵੀ ਸੁਣਦੇ ਆ, ਤੇ ਉਹ ਜ਼ਰੂਰ ਸਹਿਯੋਗ ਕਰਨ, ਸਾਨੂੰ ਟੈਲੀਫੋਨ ਕਰ ਸਕਦੇ ਆ। ਹਰਪ੍ਰੀਤ ਕੌਰ ਜੀ, ਤੁਸੀਂ ਆਪਣਾ ਨੰਬਰ ਵੀ ਦੇ ਸਕਦੇ ਹੈਨਾ? ਹਾਂਜੀ ਹਾਂਜੀ। ਹਾਂ, ਤੇ ਪੰਜਾਬ ਦਾ ਨੰਬਰ ਦੇ ਦਿਓ, ਕੋਈ ਗੱਲ ਨਹੀਂ। ਹਾਂਜੀ, 9463888000। ਹਾਂਜੀ, 9463888000। ਹਾਂਜੀ, ਤੁਸੀਂ ਇਹਨਾਂ ਨਾਲ ਸਾਡੇ ਨਾਲ ਨਹੀਂ ਵੀ ਸਿੱਧੀ ਗੱਲ ਕਰਨੀ, ਇਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹਾਂ, ਤਾਂ ਜੋ ਜਿਹੜਾ ਇੱਕ ਤਾਂ ਇਹ ਜਿਹੜਾ ਸਕੂਲ ਚਲਾਉਂਦੇ ਆ ਉਹ ਮੈਨੂੰ ਬਹੁਤ ਵਧੀਆ ਲੱਗਾ ਵੀ ਜਿੰਨਾ ਚਿਰ ਸਾਡੇ ਪੰਜਾਬ ਦੇ ਬੱਚੇ ਪੜ੍ਹ ਲਿਖ ਨਹੀਂ ਜਾਂਦੇ, ਜਿਹੜਾ ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ ਵੀ ਜਿੱਦਾਂ ਹੁਣ ਆਪਾਂ ਉਸ ਗੱਲ 'ਤੇ ਆ ਜਾਂਦੇ ਪੰਜਾਬ ਦੀਆਂ ਸਮੱਸਿਆਵਾਂ, ਕਿਉਂਕਿ ਵੈਸੇ ਤਾਂ ਜੇ ਰਾਜਨੀਤਿਕ ਦੇਖੀਏ ਉਹ ਵੀ ਸਮੱਸਿਆ ਹੀ ਆ, ਬਹੁਤ ਵੱਡੀ ਸਮੱਸਿਆ ਹੈ, ਸਮਾਜਿਕ ਦੇਖ ਲਈਏ ਜੀ, ਸਮਾਜ ਸਾਰਾ ਕਿਹੜੇ ਪਾਸੇ ਨੂੰ ਪੈ ਰਿਹਾ। ਹਾਂ, ਦੇਖੋ ਕੁੜੀ ਦਾ ਰੇਪ ਹੋਇਆ, ਤੁਸੀਂ ਜਿਹੜਾ ਪੰਜਾਬ ਦੇ ਵਿੱਚ ਮਤਲਬ ਅੱਜ ਤੋਂ ਜਦੋਂ ਤੁਹਾਡੇ ਪਿਤਾ ਜੀ ਸੀ ਉਦੋਂ ਦਾ ਮਾਹੌਲ ਤੇ ਅੱਜ ਦੇ ਮਾਹੌਲ 'ਚ ਕੀ ਫਰਕ ਤਾਂ? ਬਹੁਤ ਵੱਡੀ ਚੇਂਜ ਆਈ ਹੈ ਜੀ। ਉਦੋਂ ਅਸੀਂ ਛੋਟੇ ਹੁੰਦੇ ਸੀ, ਉਸ ਗੱਲ ਦੀ ਵੈਲਿਊ ਦਾ ਨਹੀਂ ਸੀ ਪਤਾ, ਉਦੋਂ ਸੁੱਚਾ ਪੰਥ ਸੀਗਾ, ਲੋਕ ਲੀਡਰ ਦੇ ਮਗਰ ਲੱਗਦੇ ਸੀ ਕਿਉਂਕਿ ਉਹ ਧਾਰਮਿਕ ਲੀਡਰ ਸੀ, ਤੇ ਹੁਣ ਜਿਹੜੀ ਪੋਲੀਟਿਕਸ ਹੈਗੀ ਆ ਉਹ ਜਿਹੜਾ ਬੰਦੇ ਨੂੰ ਦੇਖ ਕੇ ਉੱਤੇ ਆਪਾਂ ਹਾਈਲਾਈਟ ਕਰ ਰਹੇ ਹਾਂ ਬੰਦੇ ਨੂੰ, ਇਹ ਲੋਕ ਜਿਹੜੀ ਪਾਰਟੀਆਂ ਨੇ ਤੇ ਉਹਦੇ ਮਗਰ ਜਿਹੜੇ ਬੰਦੇ ਹੁੰਦੇ ਨੇ ਉਹ ਵੀ ਉਸੇ ਟਾਈਪ ਦੇ ਹੁੰਦੇ ਨੇ ਜੀ, ਹੈਨਾ? ਤੇ ਜਿਹੜਾ ਵੀ ਹਰ ਇੱਕ ਬੰਦਾ ਉਹ ਆਪਣੇ ਆਪ ਨੂੰ ਲੀਡਰ ਸਮਝਦਾ ਜਿਹੜਾ ਹੈਗਾ, ਤੇ ਇਸ ਕਰਕੇ ਜਿਹੜੇ ਰਾਜਨੀਤਿਕ ਹੈਗੀ ਕੋਈ ਬਹੁਤ ਵਧੀਆ ਰਾਜਨੀਤੀ ਨਹੀਂ ਹੈ। ਇਹ ਕਹਿਣਾ ਚਾਹੁੰਦੇ ਕਿ ਜਿਹੜਾ ਸੱਚਾ ਸੁੱਚਾ ਵਿਅਕਤੀ ਚਾਹੇ ਉਹ ਅਕਾਲੀ ਦਲ ਜਾਂ ਜਿਹੜੀ ਵੀ ਮਰਜ਼ੀ ਪਾਰਟੀ ਵਿੱਚ ਰਹਿਣਾ, ਉਹਦਾ ਮਤਲਬ ਹੁਣ ਉਹ ਕੰਮ ਰਹਿ ਗਿਆ। ਬਿਲਕੁਲ ਕੋਈ ਗੱਲ ਨਹੀਂ, ਪਾਰਟੀ ਵਿੱਚ ਨਹੀਂ ਰਹਿ ਗਿਆ, ਸਮਾਜ ਦੇ ਵਿੱਚ ਦੇਖ ਲਓ ਕੀ ਹਾਲ ਹੋ ਰਿਹਾ, ਤੇ ਸਮਾਜਿਕ ਸਥਿਤੀ ਕਹਿ ਰਹੇ ਕਿ ਸੱਭਿਆਚਾਰ ਆਪਣਾ ਕਿਹੋ ਜਿਹਾ ਖਰਾਬ ਹੋ ਰਿਹਾ, ਕਿਹੋ ਜਿਹੇ ਲੱਚਰ ਗੀਤ ਆਪਣੇ ਆ ਰਹੇ ਨੇ ਆਪਾਂ ਦੇਖਦੇ ਹਾਂ। ਸੋ ਜਿਹੜਾ ਸਾਡਾ ਜਿਹੜੀ ਸਾਡੇ ਵਾਲੀ ਬੈਲਟ ਆ, ਤੇ ਮੇਰੇ ਸਕੂਲ ਦੇ ਵਿੱਚ ਈਵਨ ਕਈ ਵਾਰ ਜਿਹੜੇ ਬੱਚੇ ਨੇ ਹੈਗੇ ਅਸੀਂ ਜਦੋਂ ਚੈਕਿੰਗ ਕਰਦੇ ਹਾਂ ਉਹਨਾਂ ਕੋਲ ਜਰਦੇ ਫੜੇ ਜਾਂਦੇ ਨੇ ਬੱਚਿਆਂ ਕੋਲ
ਦਸਵੀਂ ਦੇ ਬੈਗ ਦੇ ਵਿੱਚ ਫੜੇ ਜਾਂਦੇ ਬਾਹਰ ਨੀ, ਕਿਉਂਕਿ ਉਹ ਫਰਸਟ੍ਰੇਟ ਹੋਏ ਫਿਰਦੇ ਨੇ ਜੀ, ਫਰਸਟ੍ਰੇਟ ਹੋਵੋ ਉੱਥੇ ਤੱਕ ਪਹੁੰਚ ਨੀ ਸਕਦੇ, ਚੱਕਾ ਚੌਣ ਵਰਗੀ ਦੁਨੀਆ ਕੌਣ ਆ? ਸਸਤੇ ਭਾਅ ਤੇ ਮਿਲਦੀ ਹੈ ਜੀ ਨਸ਼ੇ, ਗੋਲੀਆਂ ਮਿਲਦੀਆਂ ਨੇ ਸਸਤੇ ਭਾਅ ਤੇ ਪਿੰਡਾਂ ਵਿੱਚ ਮਿਲਦੀਆਂ ਨੇ ਜੀ। ਈਵਨ ਇੱਥੋਂ ਪਿੱਛੇ 12ਵੀਂ ਦੇ ਬੱਚੇ ਸਾਡੇ ਸਕੂਲੋਂ ਹਟ ਕੇ ਗਏ, ਸਾਨੂੰ ਇਹ ਵੀ ਪਤਾ ਲੱਗਿਆ ਵੀ ਉਹ ਘਰ ਦੀ ਗੱਡੀ, ਕਿਉਂਕਿ ਉਹਨਾਂ ਦੇ ਘਰਾਂ ਵਿੱਚ ਆਮ ਗੱਡੀ ਜਾਂਦੀ ਹੈ। ਕੈਨੇਡਾ ਦੇ ਵਿੱਚ ਤੇ ਸੁਣਿਆ ਸੀਗਾ ਖਬਰਾਂ 'ਚ ਵੀ, ਆ ਤੁਸੀਂ ਵੀ ਪੜਿਆ ਹੋਊਗਾ ਵੀ ਜਿਹੜੇ ਉੱਥੇ ਸਟੂਡੈਂਟ ਆ ਜਿਹੜੇ ਛੋਟੇ ਬੱਚੇ ਆ 10 ਸਾਲ ਤੋਂ ਛੋਟੇ ਆ, ਉਹਨਾਂ ਨੂੰ ਜਿਹੜੇ ਸਮਗਲਰ ਜਾਂ ਗੈਂਗਸਟਰ ਆ, ਹਾਂਜੀ ਹਾਂਜੀ, ਯੂਜ਼ ਕਰਦੇ ਆ ਬੈਗਾਂ ਦੇ ਵਿੱਚ ਦੇ ਕੇ ਤੇ ਅੱਗੇ ਯੂਜ਼ ਕਰਦੇ ਆ। ਇਹਦਾ ਮਤਲਬ ਪੰਜਾਬ ਵੀ ਇਹ ਗੱਲ ਹੈ। ਬਿਲਕੁਲ ਜੀ ਬਿਲਕੁਲ, ਸੰਗਰੂਰ ਵਾਲੀ ਬੈਠ ਤੇ ਸਾਡੀ ਤੁਸੀਂ ਜਦੋਂ ਮਰਜ਼ੀ ਦੇਖੋਗੇ ਵੀ ਸਾਡੇ ਤਾਂ ਉੱਧਰ ਬਹੁਤ ਪੂਰੇ ਨਸ਼ੇ ਨੇ, ਕਿਉਂਕਿ ਜਿਹੜਾ ਬੰਦਾ ਦਿਹਾੜੀ ਕਰਨ ਜਾਂਦਾ ਉਹ ਕੋਈ ਸੋਰਸ ਆਫ ਐਂਟਰਟੇਨਮੈਂਟ ਕੁਛ ਨਹੀਂ ਹੈ, ਉਹ ਸਸਤੀ ਭੁੱਕੀ ਆ ਇਹ ਚੀਜ਼ ਜਿਹੜੀ ਉੱਥੇ ਇਜ਼ੀਲੀ ਅਵੇਲੇਬਲ ਆ ਉਹ ਆਪ ਖਾਂਦੇ ਨੇ, ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਬੱਚੇ ਜਿਹੜਾ ਚਿੱਟਾ ਹੈ ਇਹ ਵੀ ਇਹ ਕਿੱਦਾਂ ਜਿਹੜਾ ਚਿੱਟਾ ਉਹ ਹਾਈ ਲੈਵਲ ਦੀਆਂ ਗੱਲਾਂ ਨੇ, ਉਹ ਸਾਡੇ ਪਿੰਡਾਂ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਜਿਹਨਾਂ ਕੋਲ ਪੈਸਾ ਹੈ ਸਿਰਫ ਉਹੀ ਖਰੀਦ ਸਕਦਾ ਜੀ। ਚਿੱਟਾ ਜਣੀ ਅਮੀਰਾਂ ਦਾ, ਹਾਂਜੀ ਉਹ ਅਮੀਰਾਂ ਦਾ ਕੰਮ ਆ ਤੇ ਸਾਡੇ ਗਰੀਬ ਤਾਂ ਵੀ ਆਹ ਜਰਦੇ ਖਾਣ ਚੁੱਕੇ ਹੈਗੇ, ਤੇ ਬਿਕੋਜ਼ ਵੀ ਪਲੱਸ ਟੂ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਕੋਈ ਭਵਿੱਖ ਨਹੀਂ ਦਿਖਦਾ, ਕੋਈ ਨੌਕਰੀ ਨਹੀਂ ਦਿਖਦੀ, ਕੋਈ ਕੁਛ ਨਹੀਂ ਦਿਖਦਾ, ਤੇ ਫਿਰ ਕਰਕੇ ਨਸ਼ੇ ਵੱਲ ਉਹਨਾਂ ਨੂੰ ਗੁਰੂਆਂ ਦੀ ਧਰਤੀ ਜਿੱਥੇ ਮਤਲਬ ਮਤਲਬ ਪਵਿੱਤਰਤਾ ਦਾ ਸੰਦੇਸ਼ ਮਿਲਣਾ ਸੀਗਾ, ਤੇ ਉੱਥੋਂ ਜਦੋਂ ਇਹ ਦਨੀਆਂ ਗੱਲਾਂ ਸੁਣਦੇ ਆ ਕੀ ਮਨ ਵਾਪਰਦੀ ਆ? ਬਹੁਤ ਦੁੱਖ ਦੀ ਗੱਲ ਹੈਗੀ ਆ ਜੀ, ਆਪਣਾ ਜਿਹੜਾ ਪੰਜਾਬ ਆ ਉਹ ਹੱਸਦਾ ਖੇਡਦਾ ਪੰਜਾਬ ਸੀ ਕਿਸੇ ਟਾਈਮ, ਤੇ ਹੁਣ ਤੁਸੀਂ ਆਪਾਂ ਰੋਜ਼ ਰੋਜ਼ ਖਬਰਾਂ ਪੜ੍ਹਦੇ ਆ, ਜਿਹੜੇ ਤੁਸੀਂ ਬਾਹਰ ਵਿਦੇਸ਼ਾਂ 'ਚ ਬੈਠੇ ਹੋ ਤੁਸੀਂ ਪੰਜਾਬ ਦੀ ਖਬਰ ਪੜ੍ਹਦੇ ਹੋ, ਉਹ ਨਿੱਕੀ ਜਿਹੀ ਕੁੜੀ ਨਾਲ ਰੇਪ ਹੋਇਆ ਦੇਖ ਲਓ ਹੈ ਨਾ। ਫਿਰ ਆਪਾਂ ਸੱਭਿਆਚਾਰ ਵਾਲੇ ਪਾਸੇ ਜਾ ਕੇ ਕੋਈ ਵੀ ਤੁਸੀਂ ਪਿਕਚਰ ਦੇਖ ਲਓ, ਕੋਈ ਵੀ ਤੁਸੀਂ ਗਾਣਾ ਦੇਖ ਲਓ, ਉਹਦੇ ਵਿੱਚ ਨੱਚਰਤਾ ਆ ਰਹੀ ਹੈ, ਉਹਨਾਂ ਨੂੰ ਦੇਖ ਕੇ ਕਾਲਜ ਦੇ ਕੁੜੀਆਂ ਮੁੰਡੇ ਜਿਹੜੇ ਹੈਗੇ ਆ ਉਹ ਉਤਸ਼ਾਹਿਤ ਹੁੰਦੇ ਨੇ। ਈਵਨ ਜਿਹੜੇ ਇਹ ਗਾਣੇ ਨੇ ਜਾਂ ਜਿਹੜੀ ਸ਼ੂਟਿੰਗ ਆ ਕਾਲਜਾਂ ਦੇ ਵਿੱਚ ਹੋਣ ਲੱਗ ਗਈ ਹੈ, ਸਕੂਲਾਂ ਦੇ ਵਿੱਚ ਹੋਣ ਲੱਗ ਗਈ ਹੈ, ਧਾਰਮਿਕ ਪਲੇਸਾਂ ਤੇ ਹੋਣ ਲੱਗ ਗਈ। ਹਾਂਜੀ ਹਾਂਜੀ, ਇਹੋ ਜਿਹੀ ਹੋਣ ਲੱਗ ਗਈ ਹੈ, ਤੇ ਫਿਰ ਆਪਣੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹੋ ਜਿਹੇ ਬਹੁਤ ਸਾਰੇ ਕਾਰਜ ਨੇ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਅੱਗੇ ਹੋ ਕੇ ਕਰਨੇ ਚਾਹੀਦੇ ਆ, ਜਿੱਦਾਂ ਆਪਾਂ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਕਹਿੰਦੇ ਹਾਂ, ਜੇ ਆਪਾਂ ਸੰਸਥਾਵਾਂ ਪੂਰੇ ਪੰਜਾਬ ਦੇ ਵਿੱਚ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਆਪਾਂ ਬਰੀ ਕਰਦੇ ਹਾਂ, ਹਾਂਜੀ ਹਾਂਜੀ, ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉੱਥੇ ਹੋਰ ਜਿੱਦਾਂ ਸਮਾਜ ਸੇਵੀ ਸੰਸਥਾਵਾਂ ਆ, ਧਾਰਮਿਕ ਸੰਸਥਾਵਾਂ ਆ, ਉਹਨਾਂ ਦੇ ਵੀ ਰੋਲ ਬਣਦੇ ਆ। ਹਾਂਜੀ ਬਹੁਤ ਰੋਲ ਬਣਦੇ, ਪਰ ਸਾਡੀ ਹਾਈ ਕਮਾਂਡ ਤਾਂ ਉਹੀ ਹੈ ਜੀ, ਹਾਂ ਸਾਡੇ ਗੁਰੂਆਂ ਨੇ ਹਾਈ ਕਮਾਂਡ ਉਹ ਬਣਾਈ ਸੀ ਨਾ, ਉੱਥੋਂ ਜੋ ਆਦੇਸ਼ ਹੋਊਗਾ, ਜੇ ਆਪਣੇ ਥੱਲੇ ਤਾਂ ਸੰਸਥਾਵਾਂ ਨਹੀਂ ਮੰਨਦੀਆਂ ਫਿਰ ਤਾਂ ਆਪਾਂ ਕਹਿ ਸਕਦੇ ਹਾਂ, ਜਦੋਂ ਸਾਨੂੰ ਉੱਤੋਂ ਹੀ ਕੋਈ ਸੰਦੇਸ਼ ਨਹੀਂ ਹੈਗਾ। ਠੀਕ ਹੈ, ਸਾਡੇ ਮੇਰੇ ਕੋਲ ਤੁਸੀਂ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਮੇਰੇ ਸਕੂਲ ਦੇ 10ਵੀਂ 12ਵੀਂ ਦੇ ਬੱਚਿਆਂ ਨੂੰ ਵੀ ਗੁਰੂਆਂ ਦੇ ਨਾਮ ਨਹੀਂ ਪਤਾ ਦੱਸਾਂਗੇ, ਕਿਉਂਕਿ ਸਾਨੂੰ ਸਿਖਾਏ ਨਹੀਂ ਜਾ ਰਹੇ। ਇਹੋ ਜਿਹਾ ਕੋਈ ਵੀ ਵਿਸ਼ਾ ਸ਼੍ਰੋਮਣੀ ਕਮੇਟੀ ਨੂੰ ਲਾਉਣਾ ਚਾਹੀਦਾ, ਸਰਕਾਰਾਂ ਦੇ ਗਲ ਗੁੱਠਾ ਦੇ ਕੇ ਲਾਉਣਾ ਚਾਹੀਦਾ ਵੀ ਸਾਡੇ ਬੱਚਿਆਂ ਨੂੰ ਪੰਜਾਬੀ ਦੇ ਕੁਛ ਇਹੋ ਜਿਹਾ ਲਗਾਓ, ਧਰਮ ਦਾ ਕੋਈ ਵਿਸ਼ਾ ਹੋਣਾ ਚਾਹੀਦਾ ਸਾਡੇ ਕੋਲੇ, ਬੱਚੇ ਪੜ੍ਹ ਕੇ ਨਾਲ ਤਾਂ ਜੁੜਨ। ਨਹੀਂ ਜਿਹੜੀ ਦੇਖੋ ਜਿੱਦਾਂ ਹੁਣ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਸਕੂਲਾਂ ਦੀ ਗੱਲ ਕਰੀਏ, ਬੇ ਕੰਪਲਸਰੀ ਜਿਹੜੀ ਪੰਜਾਬੀ ਤਾਂ ਘੱਟੋ ਘੱਟ ਲਾਗੂ ਹੋਣੀ ਚਾਹੀਦੀ ਹੈ, ਗੌਰਮੈਂਟ ਵੱਲੋਂ ਇੱਕ ਆਰਡੀਨੈਂਸ ਜਾਰੀ ਕਰਨਾ ਚਾਹੀਦਾ ਵੀ ਹਰ ਸਕੂਲ ਪੰਜਾਬੀ ਕੰਪਲਸਰੀ ਕਰੇ। ਪਰ ਇਹ ਵੀ ਚੀਜ਼ ਹੈ ਨਹੀਂ, ਇਹ ਵੀ ਚੀਜ਼ ਹੈ ਨਹੀਂ, ਤੇ ਧਰਮ ਦੀ ਗੱਲ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਧਰਮ ਇੱਕ ਐਸੀ ਚੀਜ਼ ਹੈ ਜਿੰਨਾ ਬੰਦੇ ਨੂੰ ਡਰ ਬਹੁਤ ਹੁੰਦਾ, ਉਹ ਕੁਛ ਵੀ ਮਾੜਾ ਕੰਮ ਕਰਨ ਤੋਂ ਪਹਿਲਾਂ ਡਰਦਾ, ਤੇ ਜੇ ਇਹਨਾਂ ਨੂੰ ਗੁਰੂਆਂ ਦੇ ਨਾਮ ਨਹੀਂ ਪਤਾ, ਫਿਰ ਉਹਨਾਂ ਦੀ ਹਿਸਟਰੀ ਦਾ ਨਹੀਂ ਪਤਾ, ਗੁਰੂਆਂ ਨੇ ਕੀ ਕੀਤਾ, ਕੀ ਕੁਰਬਾਨੀਆਂ ਹੋਈਆਂ, ਉਹ ਬੇਖੌਫ ਹੋਏ ਫਿਰਦੀ ਆ ਸਾਰਾ ਪੰਜਾਬ। ਦੇਖੋ ਅਸੀਂ ਬਾਹਰ ਬੈਠੇ, ਤੁਸੀਂ ਆਉਂਦੇ ਜਾਂਦੇ ਰਹਿੰਦੇ, ਤੁਹਾਨੂੰ ਜ਼ਿਆਦਾ ਪਤਾ, ਬਾਹਰਲਾ ਸਿੱਖ ਏਦਾਂ ਸੋਚਦਾ ਹੈ ਵੀ ਅਸੀਂ ਮਤਲਬ ਆਪਣਾ ਵੱਖਰਾ ਦੇਸ਼ ਬਣਾ ਲੈਣਾ, ਅਸੀਂ ਆਹ ਕਰ ਲੈਣਾ, ਪਰ ਤੁਸੀਂ ਕਿੱਦਾਂ ਮੈਚਿੰਗ ਕਰਦੇ ਆ ਜਿਹੜੇ ਬਾਹਰ ਸਿੱਖ ਬੈਠੇ ਆ ਤੇ ਉਹਨਾਂ ਦੇ ਪੰਜਾਬ ਦੇ ਵਿੱਚ ਬੈਠੇ ਸਿੱਖਾਂ 'ਚ ਕੀ ਫਰਕ ਆ? ਜਿਹੜੇ ਬਾਹਰ ਸਿੱਖ ਆ ਗਏ ਉਹ ਬਹੁਤ ਸਾਰੇ ਜਾਗਰੂਕ ਹੋ ਗਏ, ਕਿਉਂਕਿ ਉਹਨਾਂ ਕੋਲ ਪੈਸਾ ਹੈਗਾ, ਪੈਸੇ ਵਾਲੇ ਬੰਦੇ ਨੂੰ ਸਾਰਾ ਕੁਛ ਚੰਗਾ, ਉਹ ਸੋਚਦੇ ਵੀ ਸਾਡਾ ਪੰਜਾਬ ਚੰਗਾ ਹੋਵੇ। ਪੰਜਾਬ ਦੇ ਵਿੱਚ ਹਾਲ ਕੀ ਹੈ, ਬੇਰੁਜ਼ਗਾਰੀ ਦੇ ਨਾਲ ਦੇਖੋ ਤੁਹਾਡੇ ਸਾਹਮਣੇ ਉਹ ਕਿਵੇਂ ਧਰਨੇ ਦੇ ਰਹੇ ਨੇ, ਕੁੜੀਆਂ ਦੇ ਕਿਵੇਂ ਅੱਤਿਆਚਾਰ ਕੀਤੇ ਜਾ ਰਹੇ, ਸਰਕਾਰਾਂ ਕੀ ਕਰ ਰਹੀਆਂ ਨੇ, ਕੋਈ ਜੋਬ ਨਹੀਂ ਹੈਗੀ, ਉਹ ਫਰਸਟ੍ਰੇਟ ਹੋਏ ਹੋਏ ਨੇ, ਜੇ ਵਿਆਹ ਕਰ ਦਿੰਦੇ ਨੇ ਤਾਂ ਤਲਾਕ ਹੋਏ ਪਏ ਨੇ, ਤੇ ਦੇਖੋ ਤੇਲ ਪਾ ਕੇ ਜਾਲਿਆ ਜਾ ਰਿਹਾ, ਦਾਜ ਤਾਂ ਹਲੇ ਤੱਕ ਸਟਿਲ ਲੋਕੀ ਕਹਿੰਦੇ ਵੀ ਹਲੇ ਵੀ ਦਾਜ ਮੰਗਦੇ ਆ, ਦਾਜ ਸਾਡੇ ਪੰਜਾਬ ਵਿੱਚ ਹਰੇਆਮ ਚੱਲਦਾ ਪਿਆ ਹੈ ਨਾ ਜੀ। ਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੱਲ ਕਰ ਲਈਏ, 2015 ਤੋਂ ਨਹੀਂ, ਮੈਂ ਤਾਂ ਕਹੂੰਗਾ ਵੀ
1978 ਤੋਂ ਪਹਿਲਾਂ ਜਦੋਂ ਦੀ ਮੈਂ ਮੈਨੂੰ ਸਰਦਾ ਹੀ ਮੈਂ ਦੇਸ਼ ਆਉਂਦਾ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਇੱਥੇ ਤੇ 1984 ਦੇ ਵਿੱਚ ਜੋ ਭਾਣਾ ਵਾਪਰਿਆ ਉਹ ਵੀ ਸਾਡੇ ਸਾਹਮਣੇ ਆ ਤੇ 2015 ਤੋਂ ਲੈ ਕੇ ਤੇ ਇੱਕ ਇਹੋ ਜਿਹਾ ਇਸ਼ੂ ਚੱਲ ਪਿਆ ਜੀ ਆਹ ਚੀਜ਼ ਹੋ ਗਈ ਹੈ ਲੇਕਿਨ ਬੇਅਦਬੀ ਰੁਕੀ ਨਹੀਂ ਬਿਲਕੁਲ ਤੇ ਰੌਲਾ ਹਲੇ ਪਈ ਜਾਂਦਾ ਜੀ ਇਹਨੂੰ ਫੜ ਲਓ ਤੇ ਇਹਨੂੰ ਫੜ ਲਓ ਤੁਸੀਂ ਕੀ ਸਮਝਦੇ ਇਹਦੇ ਪਿੱਛੇ ਕੀ ਹੈ ਇਹਦੇ ਪਿੱਛੇ ਸਰਕਾਰਾਂ ਵੀ ਹੁੰਦੀਆਂ ਨੇ ਕਹਿਣਾ ਨਹੀਂ ਚਾਹੀਦਾ ਸਰਕਾਰਾਂ ਵੀ ਹੁੰਦੀਆਂ ਨੇ ਪਰ ਜਿਹੜੀ ਧਾਰਮਿਕ ਸੰਸਥਾਵਾਂ ਨੇ ਜਦੋਂ ਆਪਣੀ ਬੇਅਦਬੀ ਹੁੰਦੀ ਹੈ ਇਹ ਬਹੁਤ ਵੱਡਾ ਇਸ਼ੂ ਆ ਆਪਣੇ ਬਾਬਾ ਜੀ ਦੀ ਪਵਿੱਤਰ ਬੀੜ ਨੂੰ ਕੋਈ ਵਰਕੇ ਪਾੜ ਰਿਹਾ ਕੋਈ ਕੁਛ ਕਰ ਰਿਹਾ ਇਹਦੇ ਬੰਦੇ ਨੂੰ ਫੜ ਕੇ ਜੇ ਫਾਂਸੀ ਨਹੀਂ ਦਿੰਦੇ ਤਾਂ ਦੂਜਿਆਂ ਨੂੰ ਫੇਰ ਮੌਕਾ ਮਿਲਦਾ ਮਤਲਬ ਸਜ਼ਾ ਹੈ ਨਹੀਂ ਸਜ਼ਾ ਹੈ ਨਹੀਂ ਕੋਈ ਹਾਂਜੀ ਸਜ਼ਾ ਹੈ ਨਹੀਂ ਤੇ ਲੋਕੀ ਈਜ਼ੀਲੀ ਇਹ ਕੰਮ ਕਰੀ ਜਾਂਦੇ ਜਾਂ ਜਿਹੜਾ ਕਰਦਾ ਉਹਨੂੰ ਫੜਿਆ ਵੀ ਨਹੀਂ ਨਾ ਫੜਿਆ ਵੀ ਨਹੀਂ ਜਾ ਰਿਹਾ ਉਹਦੀ ਓਟ ਦੇ ਓਟ ਤੇ ਲੋਕ ਖੜਦੇ ਨੇ ਤੇ ਕੁਝ ਗਲਤੀਆਂ ਜਿੱਦਾਂ ਹੁਣ ਮਤਲਬ ਪਿੰਡਾਂ 'ਚ ਜੀ ਆਪਾਂ ਪਿੰਡਾਂ ਦੀ ਗੱਲ ਕਰੀ ਆਪਾਂ ਗਰੀਬ ਬੈਲਟ ਦੀ ਗੱਲ ਕੀਤੀ ਆ ਹਾਂਜੀ ਪਿੰਡਾਂ ਦੇ ਵਿੱਚ ਮੈਂ ਵੀ ਜਿੱਦਾਂ ਉੱਥੇ ਵਿਚਰ ਕੇ ਦੇਖਿਆ ਵੀ ਗੁਰਦੁਆਰੇ ਇੰਨੇ ਜ਼ਿਆਦਾ ਬਣਾਏ ਕਿ ਉੱਥੇ ਜਿਹੜੀ ਆ ਸਿਕਿਉਰਿਟੀ ਹੈ ਨਹੀਂ ਗੀ ਬਿਲਕੁਲ ਜੀ ਜਾਤਾਂ ਪਾਤਾਂ ਦੇ ਗੁਰਦੁਆਰੇ ਬਣ ਰਹੇ ਨੇ ਲੇਕਿਨ ਉੱਥੇ ਕੋਈ ਬੰਦਾ ਹੀ ਹੈ ਨਹੀਂ ਤੇ ਜਦੋਂ ਮਰਜ਼ੀ ਜਿਹੜਾ ਜੋ ਮਰਜ਼ੀ ਕਰ ਸਕਦਾ ਕਿਉਂਕਿ ਦੇਖੋ ਜੀ ਜਿਹੜੇ ਭਾਈ ਜੀ ਹੈਗੇ ਆ ਉਹਨਾਂ ਨੂੰ ਪ੍ਰੋਪਰ ਤਨਖਾਹ ਨਹੀਂ ਦੇ ਰਹੇ ਆਪਾਂ ਹੈਨਾ ਨਹੀਂ ਉਹ ਗੁਰਦੁਆਰੇ ਜ਼ਿਆਦਾ ਬਣਨ ਦਾ ਕਾਰਨ ਹਾਂ ਇਹ ਵੀ ਕਾਰਨ ਆਪਾਂ ਤਨਖਾਹ ਨਹੀਂ ਦੇ ਰਹੇ ਉਹ ਆਪਣੀ ਪੂਰੀ ਸੇਵਾ ਨਹੀਂ ਨਿਭਾ ਰਹੇ ਆਪਾਂ ਉਹਨਾਂ ਨੂੰ ਉਹਨਾਂ ਦੇ ਮਨ ਚੋਂ ਡਾਰੀ ਉੱਤਰ ਚੁੱਕਾ ਹੈ ਮੈਂ ਸਵਾਲ ਇਹ ਤਾਂ ਕਰਨਾ ਚਾਹੁੰਦਾ ਵੀ ਜੇ ਵੱਖਰੀ ਬਰਾਦਰੀ ਦਾ ਜਾਂ ਵੱਖਰਾ ਗੁਰਦੁਆਰਾ ਬਣਾਉਣ ਦੀ ਲੋੜ ਕੀ ਹੈ ਪਿੰਡ 'ਚ ਮੈਂ 4 ਜਾਂ 500 ਤਾਂ ਸਾਰੇ ਬੰਦੇ ਬਿਲਕੁਲ ਜੀ ਉਹ ਇੱਕ ਗੁਰਦੁਆਰਾ ਹੋਵੇ ਸਾਰੇ ਲੋਕੀ ਆਉਣ ਤੇ ਉਹ ਸਿੱਖਿਆਵਾਂ ਬਾਰੇ ਉਹਨਾਂ ਨੂੰ ਜਾਣਕਾਰੀ ਹੋਵੇ ਬੱਚਿਆਂ ਦੇ ਲੜ ਲੱਗਣ ਹੁਣ ਜਾਤਾਂ ਕਰਕੇ ਕੋਈ ਜੱਟਾਂ ਦੇ ਗੁਰਦੁਆਰੇ ਜਾਂਦਾ ਕੋਈ ਦੂਜੇ ਗੁਰਦੁਆਰੇ ਜਾਂਦਾ ਹਰ ਇੱਕ ਜਾਤ ਦੇ ਗੁਰਦੁਆਰੇ ਜਾਂਦਾ ਲੋਕ ਹੀ ਵੰਡੇ ਗਏ ਨੇ ਠੀਕ ਹੈ ਧਰਮ ਦਾ ਵੰਡੇ ਜਾਣਾ ਸੀ ਲੋਕ ਹੀ ਵੰਡੇ ਗਏ ਨੇ ਤੇ ਕੀ ਮਤਲਬ ਜਦੋਂ ਇਹ ਤਾਂ ਆਪਾਂ ਗੱਲਾਂ ਕਰ ਲਈਆਂ ਜਿੱਦਾਂ ਹੁਣ ਰਾਜਨੀਤਿਕ ਤੌਰ ਤੇ ਵੀ ਜੇ ਆਪਾਂ ਗੱਲ ਕਰ ਲਈਏ ਤੇ ਅਕਾਲੀ ਦਲ ਜਿਹੜਾ ਤੁਹਾਡੇ ਪਿਤਾ ਜੀ ਵੇਲੇ ਸੀਗਾ ਜਾਂ ਟੌੜਾ ਸਾਹਿਬ ਵੇਲੇ ਸੀਗਾ ਜਾਂ ਜਿਹੜੇ ਉਸ ਵੇਲੇ ਚਲੋ ਜਿੱਦਾਂ ਦੀਆਂ ਮਰਜ਼ੀ ਉਹਨੇ ਰੋਲ ਕੀਤੇ ਹੁਣ ਲੇਕਿਨ ਤੁਰਦੇ ਫਿਰਦੇ ਇਦਾਂ ਲੱਗਦੇ ਸੀਗੇ ਵੀ ਲਵੇ ਕੋਈ ਖਾਲਸਾ ਆ ਰਿਹਾ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਰੇ ਅੰਮ੍ਰਿਤਧਾਰੀ ਸੀ ਨਹੀਂ ਹੁਣ ਤੇ ਜਿਹੜੀ ਡੈਫੀਨੇਸ਼ਨ ਤੁਸੀਂ ਅਕਾਲੀ ਦੀ ਕੀ ਦਓਗੇ ਉੱਥੇ ਰੋਡਾ ਬੰਦਾ ਵੀ ਪ੍ਰਧਾਨ ਬਣਿਆ ਆ ਤੇ ਇਹ ਸਾਰੀ ਗੱਲ ਦੇ ਪਿੱਛੇ ਜੀ ਪੈਸਾ ਪ੍ਰਧਾਨ ਹੋ ਗਿਆ ਜਿਨ੍ਹਾਂ ਲੋਕਾਂ ਕੋਲ ਪੈਸਾ ਉਹ ਪੋਲਿਟਿਕਸ ਇਹ ਆਪਣੇ ਲੋਕਾਂ ਦਾ ਹੀ ਕਸੂਰ ਹੈ ਆਪਣੇ ਲੋਕਾਂ ਦਾ ਹੀ ਕਸੂਰ ਹੈ ਜਦੋਂ ਤੁਸੀਂ ਕਿਸੇ ਪਾਰਟੀ ਨੂੰ ਪੈਸਾ ਪੇਸ਼ ਕਰਦੇ ਹੋ ਉਹਦੀ ਹਮਾਇਤ ਲਈ ਤੇ ਉਹਨੂੰ ਉਹੀ ਲੱਗਦਾ ਵੀ ਮੇਰਾ ਬਹੁਤ ਵੱਡਾ ਸਹਾਰਾ ਇਹ ਬੰਦਾ ਇਹ ਮੈਨੂੰ ਆਉਣ ਵਾਲੇ ਸਮੇਂ ਵਿੱਚ ਵੀ ਪੈਸੇ ਕਮਾ ਕੇ ਦਊਗਾ ਠੀਕ ਹੈ ਉਹਨਾਂ ਨੇ ਗਾਲ ਗੁੱਠਾ ਦੇਣਾ ਗਰੀਬ ਦੇ ਮਤਲਬ ਕਮਰਸ਼ੀਅਲ ਹੋ ਗਿਆ ਕਮਰਸ਼ੀਅਲ ਹੋ ਚੁੱਕਾ ਸਾਰਾ ਕੁਝ ਜੀ ਤੇ ਕੋਈ ਤਰੱਕੀ ਦੇ ਰਾਹ ਤੇ ਨਹੀਂ ਠੀਕ ਹੈ ਤੇ ਪ੍ਰੋਗਰੈਸ ਹਰ ਇੱਕ ਜਿੰਨੀ ਕੁ ਕਰਦੀ ਪਰ ਉਨੀ ਪ੍ਰੋਗਰੈਸ ਜਿੰਨੀ ਆਪਾਂ ਪੰਜਾਬ ਨੂੰ ਚਾਹੀਦੀ ਹੈ ਉਨੀ ਕੋਈ ਪ੍ਰੋਗਰੈਸ ਨਹੀਂ ਹੋ ਰਹੀ ਪ੍ਰੋਗਰੈਸ ਨਹੀਂ ਹੋ ਰਹੀ ਉਹ ਵੋਟਾਂ ਦੇ ਲੈਣ ਦੇ ਸਮੇਂ ਦੇ ਵਿੱਚ ਸਾਰੀ ਪ੍ਰੋਗਰੈਸ ਹੋ ਰਹੀ ਹੈ ਲੋਕੀ ਵੀ ਬਹੁਤ ਕਹਿੰਦੇ ਆ ਜੀ ਬਹੁਤ ਤਰੱਕੀਆਂ ਹੋ ਗਈਆਂ ਸੜਕਾਂ ਬਣ ਗਈਆਂ ਹੋ ਗਿਆ ਉਹ ਹੋ ਗਿਆ ਉਹਦੇ ਹਿਸਾਬ ਨਾਲ ਤੁਹਾਨੂੰ ਲੱਗਦਾ ਵੀ ਪੰਜਾਬ ਅੱਗੇ ਵਧ ਰਿਹਾ ਹਾਂਜੀ ਪੰਜਾਬ ਵੱਧਦਾ ਰਿਹਾ ਹੈ ਪਰ ਸਾਰੀ ਇੰਡਸਟਰੀ ਦਾ ਬਾਹਰ ਆ ਗਈ ਪੰਜਾਬ ਦੀ ਨੌਜਵਾਨ ਪੀੜ੍ਹੀ ਸਾਰੀ ਬਾਹਰ ਆ ਗਈ ਪਲੱਸ ਟੂ ਕਰਕੇ ਰੋਜ਼ ਹਜ਼ਾਰਾਂ ਚ ਬੱਚੇ ਆਈਲੈਟਸ ਕਰਕੇ ਬਾਹਰ ਆ ਰਹੇ ਨੇ ਤੇ ਜਦੋਂ ਪੰਜਾਬ ਹੀ ਨਹੀਂ ਰਿਹਾ ਬੱਚੇ ਹੀ ਨਹੀਂ ਰਹੇ ਤੇ ਫਿਰ ਆਪਣਾ ਕਾਹਦਾ ਪੰਜਾਬ ਰਿਹਾ ਦੱਸੋ ਫਿਰ ਦੇਖੋ ਇਹ ਤਾਂ ਪ੍ਰੋਬਲਮਾਂ ਹੋ ਗਈਆਂ ਇਹਦਾ ਹੱਲ ਕੀ ਹੈ ਇਹਦਾ ਹੱਲ ਆ ਵੀ ਆਪਾਂ ਨੂੰ ਉੱਥੇ ਦੀ ਗਵਰਨਮੈਂਟ ਦੇ ਨਾਲ ਮਿਲ ਕੇ ਇੱਥੇ ਦੇ ਬਾਹਰੇ ਲੋਕ ਹੀ ਉਪਰਾਲਾ ਕਰ ਸਕਦੇ ਨੇ ਇੱਥੋਂ ਕਮੇਟੀਆਂ ਜਾਣ ਉੱਥੇ ਸੈਮੀਨਾਰ ਕਰਨ ਉੱਥੇ ਲੋਕਾਂ ਨੂੰ ਸਮਝਾਉਣ ਵੀ ਉੱਥੇ ਹੀ ਰੋਜ਼ਗਾਰ ਪੈਦਾ ਕੀਤੇ ਜਾਣ ਗਰੀਬ ਆਦਮੀ ਆਈਲੈਟਸ ਦੇ ਪੈਸੇ ਸ਼ੋ ਕਰਨ ਲਈ ਪਤਾ ਨਹੀਂ ਕੀ ਕੀ ਕਰ ਰਿਹਾ ਘਰ ਵੇਚ ਰਿਹਾ ਖੇਤ ਵੇਚ ਰਿਹਾ ਹੈ ਨਾ ਜੀ ਤੋ ਉੱਥੋਂ ਖਤਮ ਹੁੰਦਾ ਜਾ ਰਿਹਾ ਪੰਜਾਬ ਨੌਜਵਾਨ ਪੀੜ੍ਹੀ ਆ ਗਈ ਤਾਂ ਆਪਾਂ ਪਿੱਛੇ ਕਮਜ਼ੋਰ ਬੰਦੇ ਦੱਸੋ ਪੰਜਾਬ ਵਿੱਚ ਚਲਾਉਣਗੇ ਆਪਣੇ ਬੱਚੇ ਨੂੰ ਬਾਹਰ ਭੇਜਣ ਲਈ ਕਿਉਂ ਮਜਬੂਰ ਹੋ ਰਿਹਾ ਕਾਫੀ ਇਸੇ ਕਰਕੇ ਜੀ ਕਿਉਂਕਿ ਬੇਰੁਜ਼ਗਾਰੀ ਹੈ ਇੱਥੇ ਬਹੁਤ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਵੀ ਚਾਹੇ ਥੋੜੇ ਪੈਸੇ ਤੇ ਹੀ ਰੁਜ਼ਗਾਰ ਸ਼ੁਰੂ ਕਰੇ ਗਵਰਨਮੈਂਟ ਇਹੋ ਜਿਹੇ ਕੰਮ ਕਰਨੇ ਚਾਹੀਦੇ ਨੇ ਕਿ ਬੱਚਾ ਘਰੋਂ ਨਿਕਲ ਕੇ ਬਾਹਰ ਜਾਵੇ ਤਾਂ ਕੋਈ ਕਮਾ ਕੇ ਵਾਪਸ ਆਵੇ ਚਾਹੇ ਥੋੜਾ ਹੀ ਕਮਾ ਲੇ ਪਰ ਇਹੋ ਜਿਹਾ ਕੋਈ ਰੁਜ਼ਗਾਰ ਕੋਈ ਕੰਮ ਨਹੀਂ ਹੋ ਰਿਹਾ ਇਸ ਕਰਕੇ ਜਿਹੜੇ ਸਾਰੇ ਪੜ੍ਹੇ ਲਿਖੇ ਤੇ ਵਧੀਆ ਕੌਮ ਦੇ ਬੰਦੇ ਹੈਗੇ ਨੇ ਹਰ ਇੱਕ ਕੌਮ ਚੋਂ ਕਮਿਊਨਿਟੀ ਚੋਂ ਲੋਕ ਬਾਹਰ ਆ ਰਹੇ ਨੇ ਮੈਂ ਪੋਲੀਟੀਕਲ ਰਾਜਨੀਤਿਕ ਲੋਕਾਂ ਦੀ ਵੀ ਗੱਲ ਕਰਦਾ ਵੈਸੇ ਤੁਸੀਂ ਉਹਦਾ ਜਵਾਬ ਦਿਓ ਵੀ ਕਿ ਯਾਰ ਜਦੋਂ ਕੋਈ ਵੀ ਇਲੈਕਸ਼ਨ ਹੋਣੀ ਹੁੰਦੀ ਚਾਹੇ ਉਹ ਪੰਜਾਬ ਅਸੈਂਬਲੀ ਦੀ ਹੋਵੇ ਚਾਹੇ ਲੋਕ ਸਭਾ ਦੀ ਹੋਵੇ ਮੁੱਦਿਆਂ ਤੋਂ ਹਟ ਕੇ ਗੱਲ ਕੀਤੀ ਜਾਂਦੀ ਆ ਵੀ ਅਸੀਂ ਤੁਹਾਨੂੰ ਫੋਨ ਦੇ ਦਿਆਂਗੇ ਅਸੀਂ ਤੁਹਾਨੂੰ ਆਹ ਦੇ ਦਾਂਗੇ ਅਸੀਂ ਆਟਾ ਦੇ ਦਾਂਗੇ ਅਸੀਂ ਦਾਲ ਦੇ ਦਾਂਗੇ
ਇਹ ਜਿਹੜੀਆਂ ਚੀਜ਼ਾਂ ਦੇਣ ਲਈ ਮਤਲਬ ਲੋਕਾਂ ਨੂੰ ਮਤਲਬ ਭਿਖਾਰੀ ਦੇ ਤੌਰ ਤੇ ਜਾਂ ਮਤਲਬ ਉਹਨਾਂ ਨੂੰ ਇਹ ਨੀ ਕਿਹਾ ਜਾਂਦਾ ਵੀ ਤੁਹਾਨੂੰ ਆਹ ਕੰਮ ਦੇ ਦਾਂਗੇ ਜਾਂ ਤੁਸੀਂ ਆਹ ਕੰਮ ਕਰ ਲਓ, ਅਸੀਂ ਸਾਡੀ ਸਰਕਾਰ ਆਊਗੀ ਆਹ ਇੰਡਸਟਰੀ ਖੋਲੂਗੀ, ਇਹ ਇੱਧਰ ਨੂੰ ਬਿਲਕੁਲ ਨੀ ਧਿਆਨ ਦਿੱਤਾ ਜਾਂਦਾ। ਚੀਜ਼ਾਂ ਦੇਣ ਲਈ ਜਿੱਦਾਂ ਨਿਆਣੇ ਨੂੰ ਕਿਸੇ ਨੂੰ ਮਤਲਬ ਆਪਾਂ ਕਹੀਏ ਵੀ ਰਾਹ ਜਾ ਰਿਹਾ ਨੂੰ ਕਹੀ ਆਹ ਦੇ ਕੇ ਸਪੀਡ ਦੇ ਕੇ ਆਪਣੇ ਮਗਰ ਲਾਉਣ ਵਾਲੀ ਗੱਲ ਕਰ। ਬਿਲਕੁਲ ਜੀ ਬਿਲਕੁਲ, ਕਿਉਂਕਿ ਲੋਕ ਵਕਾਊ ਹੋ ਚੁੱਕੇ ਨੇ। ਅੱਛਾ, ਸਾਰੀਆਂ ਪੰਚਾਇਤਾਂ ਸਰਪੰਚ ਜਿਹੜੇ ਵਕਾਊ ਕਿਉਂਕਿ ਉਹਨਾਂ ਨੂੰ ਪਤਾ ਗਰਾਂਟਾਂ ਮਿਲਣੀਆਂ ਨੇ। ਅੱਛਾ, ਇਹ ਇੱਕ ਟਿਊਨਿੰਗ ਚੱਲਦੀ ਆ ਰਹੀ ਹੈ, ਉਹ ਉਹਨਾਂ ਨੂੰ ਗਰਾਂਟ ਦਿੰਦੇ ਨੇ, ਗਰਾਂਟ ਦੇ ਵਿੱਚ ਪੈਸਾ ਹਨਾ, ਵਿਕਾਸ ਤਾਂ ਫਿਰ ਕਿਹੜੇ ਪਾਸੇ ਹੋਊਗਾ ਜੇ ਸਰਪੰਚ ਨੇ ਇੰਨਾ ਕਰਨਾ। ਸਰਪੰਚੀ ਦੀ ਚੋਣ ਵੀ ਏਡਾ ਵੱਡਾ ਮੁੱਦਾ ਬਣਾ ਦਿੱਤਾ ਗਿਆ ਪੰਜਾਬ ਦੇ ਵਿੱਚ, ਜਦੋਂ ਚੋਣਾਂ ਆਉਂਦੀਆਂ ਸਾਰੇ ਪਿੰਡਾਂ ਵਿੱਚ ਸਿਰ ਪਾੜੇ ਜਾਂਦੇ ਨੇ, ਧਿਰਾਂ ਬਣ ਕੇ ਬਹਿ ਗਏ ਨੇ, ਸਦਾ ਲਈ ਦੁਸ਼ਮਣ ਬਣ ਜਾਂਦੇ ਨੇ ਬੱਚਿਆਂ ਨੂੰ। ਉਹਨਾਂ ਨੇ ਮਨਾਂ ਵਿੱਚ ਇਹ ਪਤਾ ਵੀ ਦੂਜੀ ਪਾਰਟੀ ਦਾ, ਕਾਂਗਰਸ ਦਾ, ਅਕਾਲੀ ਦਾ, ਇਹ ਆਪ ਦਾ, ਜਿਹੜੇ ਬੱਚਿਆਂ ਦੇ ਹਾਂਜੀ ਧੜੇਬੰਦੀ ਬਹੁਤ ਜ਼ਿਆਦਾ ਹੋ ਗਈ ਆ, ਤੇ ਲੋਕਾਂ ਨੂੰ ਜਦੋਂ ਪੈਸਾ ਮੂੰਹ ਲੱਗ ਜਾਂਦਾ ਤੇ ਫਿਰ ਉਹਨਾਂ ਨੇ ਮਤਲਬ ਇੱਧਰ ਗੁਮਰਾਹੀ ਕਰਨਾ, ਬਾਕੀਆਂ ਨੂੰ ਵੀ ਗੁਮਰਾਹ ਕਰਨਾ ਉਹਨਾਂ ਨੇ। ਤੇ ਜਿਹੜਾ ਖੜਾ ਹੁੰਦਾ ਇਲੈਕਸ਼ਨ ਵਿੱਚ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਜਿੱਤੇ ਤਾਂ ਜਾਣਾ, ਕਿਉਂਕਿ ਉਹਨੇ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਲਾਲਚ ਦਿੱਤਾ ਹੁੰਦਾ। ਹਰਪ੍ਰੀਤ ਕੌਰ ਜੀ, ਜਿੱਦਾਂ ਕਈ ਵਾਰੀ ਆਪਾਂ ਇਹ ਵੀ ਕਹਿ ਦਿੰਦੇ ਹਾਂ ਜਾਂ ਉਦਾਂ ਹੀ ਲੋਕਾਂ 'ਚ ਜੀ ਅਨਪੜ੍ਹਤਾ ਆ, ਹਾਂਜੀ, ਪਰ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਸਿਆਸਤ ਦੇ ਵਿੱਚ ਉਹ ਅਨਪੜ੍ਹ ਆ? ਨਹੀਂ, ਚਲਾਕੀਆਂ ਨੇ ਜੀ, ਚੁਸਤੀਆਂ ਨੇ, ਬੰਦਾ ਸਾਹਮਣੇ ਵਾਲੇ ਨੂੰ ਇੱਕ ਮਿੰਟ 'ਚ ਵੱਜ ਜਾਂਦਾ ਵੀ ਉਹ ਕੀ ਚਾਹੁੰਦਾ ਵਾ ਜਿੱਤਣ ਦੀ ਖਾਤਰ, ਉਹ ਬੰਦਾ ਉਹ ਵੀ ਹੁੰਦਾ ਚੁਸਤ ਹੁੰਦਾ ਜੀ, ਉਹਨੂੰ ਪਤਾ ਹੁੰਦਾ ਮੇਰੇ ਸਾਹਮਣੇ ਬੰਦਾ ਬੈਠਾ ਉਹਦੀ ਆਹ ਕਮਜ਼ੋਰੀ ਹੈ ਹਨਾ ਜੀ, ਤੇ ਉਹਦੇ ਵੱਲ ਕੋਈ ਚੀਜ਼ ਦਿੰਦਾ ਉਹਨੂੰ, ਚਾਹੇ ਕੁਛ ਵੀ ਆਪਾਂ ਕਹਿ ਦੋ ਇਲੈਕਸ਼ਨਾਂ ਵਿੱਚ ਦਿੰਦਾ, ਤੇ ਸਾਹਮਣੇ ਵਾਲਾ ਬੰਦਾ ਆਪਣੇ ਤੋਂ ਜਿਹੜੇ ਗਰੀਬ ਬੰਦੇ ਆ ਉਹਨਾਂ ਨੂੰ ਲਾਲਚ ਦਿੰਦਾ, ਚਾਹੇ ਸ਼ਰਾਬਾਂ ਪਿਲਾਈਆਂ ਜਾਂਦੀਆਂ ਨੇ, ਚਾਹੇ ਭੁੱਕੀਆਂ ਵੰਡੀਆਂ ਜਾਂਦੀਆਂ ਨੇ, ਟਿਕਟ ਮਤਲਬ ਜਿੱਤਣ ਦੀ ਖਾਤਰ ਬਹੁਤ ਬੰਦਾ ਲੋਅਰ ਲੈਵਲ ਤੱਕ ਬੰਦਾ ਬੰਦੇ ਨੂੰ ਯੂਜ਼ ਕਰ ਰਿਹਾ। ਨਹੀਂ, ਕਤਲ ਹੁੰਦੇ ਆ, ਕਤਲ ਹੋ ਜਾਂਦੇ, ਸਿਰ ਪੱਟ ਜਾਂਦੇ ਨੇ ਜੀ, ਤੇ ਬਾਅਦ ਚ ਵਰਕਰ ਨੂੰ ਪੁੱਛਿਆ ਨਹੀਂ ਜਾਂਦਾ ਜਦੋਂ ਕੋਈ ਬੰਦਾ ਜਿੱਤ ਜਾਂਦਾ, ਫਿਰ ਇਹ ਮੂਰਖ ਲੋਕਾਂ ਨੂੰ ਇਹ ਨਹੀਂ ਪਤਾ। ਉਹਦੇ ਚ ਜਿਹੜਾ ਸਮਾਜ ਆ ਜਾਂ ਮੰਨ ਲਓ ਤੁਸੀਂ ਆ ਜਾਂ ਮੈਂ ਆ, ਮੈਨੂੰ ਆ ਕੇ ਕੋਈ ਲਾਲਚ ਦਿੰਦਾ, ਮੈਨੂੰ ਇੰਨੀ ਤਾਂ ਜਿੱਦਾਂ ਸੋਚੀ ਹੋਊਗੀ ਵੀ ਹਾਂ ਵੀ ਮੈਂ ਇਹ ਲਾਲਚ ਦੇ ਮਗਰ ਲੱਗਣਾ ਜਾਂ ਨਹੀਂ ਲੱਗਣਾ, ਲੋਕ ਵੀ ਤਾਂ ਮਗਰ ਲੱਗਦੇ ਹੀ ਆ, ਲੱਗਦੇ ਆ ਜੀ ਲੋਕ ਬਹੁਤ। ਹੁਣ ਉੱਥੇ ਪੰਜਾਬ ਦਾ ਜਿਹੜਾ ਹੈਗੇ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ, ਉਹ ਕਈ ਵਾਰੀ ਸਮਾਨ ਲੈ ਲੈਂਦੇ ਨੇ, ਵੋਟ ਕਿਧਰੇ ਹੋਰ ਪਾਉਂਦੇ ਨੇ। ਅੱਛਾ, ਹਾਂਜੀ, ਉਹਨੂੰ ਲੱਗਦਾ ਵੀ ਜਿਹੜੀ ਪਾਰਟੀ ਆ ਕੇ ਸਾਨੂੰ ਜੋ ਦਿੰਦੀ ਆ ਅਸੀਂ ਉਹ ਲੈ ਲਈਏ, ਤੇ ਮਰਜ਼ੀ ਅਸੀਂ ਆਪਣੇ ਆਪ ਕਰੀਏ। ਤੁਸੀਂ ਦੇਖ ਲਓ ਵੀ ਜਿਵੇਂ ਹੁਣ ਸਾਡੇ ਸੰਗਰੂਰ 'ਚ ਭਗਵੰਤ ਮਾਨ ਜਿੱਤੇ ਨੇ ਹਨਾ, ਤੇ ਲੋਕਾਂ ਨੇ ਢੀਂਡਸੇ ਨੂੰ ਸਭ ਤੋਂ ਮੂਹਰੇ ਕੀਤਾ ਹੋਇਆ ਸੀ ਹਨਾ ਜੀ, ਹੋਰ ਸਾਰੀ ਕਾਂਗਰਸ ਵਾਲੇ ਬੰਦੇ ਨੂੰ ਵੀ ਮੂਹਰੇ ਕੀਤਾ ਹੋਇਆ ਸੀ, ਪਰ ਉਹਨੇ ਸੋਚ ਕੀ ਕਹਿੰਦੀ ਆ, ਅੱਖਾਂ ਕੀ ਕਹਿੰਦੀਆਂ, ਦਿਮਾਗ ਕੀ ਕਹਿੰਦਾ, ਸਾਰਾ ਕੁਝ ਉਹਨਾਂ ਦਾ ਕੋਈ ਭੇਦ ਨਹੀਂ ਹੈਗਾ। ਲੋਕ ਵੀ ਹੁਣ ਉਹ ਨਹੀਂ ਰਹੇ, ਉਹ ਨਹੀਂ ਰਹੇ ਹਾਂਜੀ, ਜੇ ਪੋਲੀਟੀਸ਼ੀਅਨ ਉਹ ਨਹੀਂ ਰਹੇ ਤੇ ਲੋਕ ਵੀ ਉਹ ਨਹੀਂ ਰਹੇ। ਲੋਕ ਜਿੱਦਾਂ ਵੈਲਕਮ ਸਾਰਿਆਂ ਨੂੰ ਕਰਦੇ, ਵੈਲਕਮ ਸਾਰਿਆਂ ਨੂੰ ਕਰਦੇ ਆ, ਸਾਰਿਆਂ ਤੋਂ ਸਮਾਨ ਲੈਂਦੇ ਨੇ, ਕੰਬਲ ਵੰਡੇ ਜਾਂਦੇ ਨੇ, ਸ਼ਰਾਬਾਂ ਵੰਡੀਆਂ ਜਾਂਦੀਆਂ, ਸਾਰੇ ਚੀਜ਼ਾਂ ਦਾ ਪ੍ਰਯੋਗ ਕੀਤਾ ਜਾਂਦਾ, ਸਾਰਾ ਕੁਝ ਲੈਂਦੇ ਨੇ, ਪਰ ਵੋਟ ਆਪਣੀ ਮਰਜ਼ੀ ਨਾਲ ਪਾਉਂਦੇ। ਪਰ ਜੇ ਇੰਨੀ ਚਲਾਕ ਹੋ ਗਿਆ ਤੇ ਫਿਰ ਮਤਲਬ ਆਟੇ ਦਾਲ ਦੇ ਮਗਰ ਲੱਗ ਕੇ ਮਤਲਬ ਕਾਹਤੇ ਨਹੀਂ, ਜਿਹੜੇ ਪੋਲੀਟੀਸ਼ੀਅਨ ਜਦੋਂ ਆਉਂਦੇ ਆ ਉਹਨਾਂ ਨੂੰ ਪਿੰਡਾਂ 'ਚ ਜਾਂ ਮਤਲਬ ਸੱਥ ਦੇ ਵਿੱਚ ਪੁੱਛਦੇ ਵੀ ਭਾਈ ਅਸੀਂ ਸਾਨੂੰ ਤਾਂ ਜੋਬਾਂ ਚਾਹੀਦੀਆਂ। ਬਿਲਕੁਲ ਜੀ, ਉਹ ਬਥੇਰਾ ਪਿੱਟਦੇ ਨੇ ਬਥੇਰਾ, ਹੁਣ ਤੁਸੀਂ ਦੇਖੋ ਆਪਾਂ ਵੀਡੀਓ ਦੇਖਦੇ ਪਏ ਹਾਂ ਵੀ ਜਦੋਂ ਕੋਈ ਬੰਦਾ ਉੱਥੇ ਲੀਡਰ ਟਿਕ ਮੰਗਣ ਗਿਆ, ਵੋਟ ਮੰਗਣ ਗਿਆ, ਤੇ ਅੱਗੋਂ ਸਭ ਨੇ ਵਿਰੋਧ ਕੀਤਾ, ਕਾਲੀਆਂ ਝੰਡੀਆਂ ਦਿਖਾਈਆਂ, ਸ਼ੁਰੂ ਹੋ ਗਿਆ। ਹਾਂਜੀ, ਸੁਚੇਤ ਹੋ ਰਹੇ ਨੇ, ਪਰ ਬਹੁਤ ਘੱਟ ਪਿੰਡ ਨੇ ਵੀ ਸਾਰੇ ਸਾਰੇ ਬੰਦੇ ਨੂੰ ਐਂਟਰ ਨਹੀਂ ਕਰ ਦਿੱਤਾ ਵੀ ਅਸੀਂ ਤਾਂ ਵੋਟ ਕਿਸੇ ਨੂੰ ਵੀ ਨਹੀਂ ਪਾਉਣੀ, ਕਿਉਂਕਿ ਸਾਡੇ ਪਿੰਡ ਵਿੱਚ ਆਹ ਕਾਰਜ ਨਹੀਂ ਹੋਇਆ। ਠੀਕ ਹੈ, ਹੈ ਨਾ ਜੀ। ਤੇ ਹਰਪ੍ਰੀਤ ਕੌਰ ਜੀ, ਜਿੱਦਾਂ ਚਲੋ ਆਪਾਂ ਰਾਜਨੀਤਿਕ ਵੀ ਗੱਲ ਕਰ ਲਈ, ਧਾਰਮਿਕ ਤੌਰ 'ਤੇ ਤਾਂ ਆਪਾਂ ਬਹੁਤ ਪਛੜੇ ਹੋਏ ਹਾਂ, ਜਿੱਦਾਂ ਜਿਹੜੀਆਂ ਜ਼ਿੰਮੇਵਾਰੀਆਂ ਸੰਸਥਾਵਾਂ ਦੀਆਂ ਬਣਦੀਆਂ ਨਹੀਂ ਕਰ ਰਹੀਆਂ, ਪਰ ਜਿੱਦਾਂ ਹੁਣ ਤੁਸੀਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਹਾਂ, ਬਾਹਰ ਅੱਜ ਕੱਲ੍ਹ ਮੀਡੀਆ ਵੀ ਸਾਡੇ ਕੋਲ ਬਹੁਤ ਹੋ ਗਿਆ ਹੈ, ਅਸੀਂ ਵੀ ਚਲੋ ਆਵਾਜ਼ ਕੌਮ ਟੀਵੀ ਦੇ ਜਿੱਦਾਂ ਤੁਹਾਡੀ ਇੰਟਰਵਿਊ ਕਰ ਰਹੇ ਹਾਂ, ਮੀਡੀਆ ਦਾ ਰੋਲ ਇਹਦੇ ਵਿੱਚ ਜਿੱਦਾਂ ਜਿਹੜੀਆਂ ਚੀਜ਼ਾਂ ਜਾਂ ਜਿਹੜੀਆਂ ਸਾਨੂੰ ਮੁਸ਼ਕਲ ਆ ਰਹੀਆਂ, ਕਿਹੋ ਜਿਹਾ ਹੋਣਾ ਚਾਹੀਦਾ? ਮੀਡੀਆ ਰੋਲ ਹੋਣਾ ਚਾਹੀਦਾ ਜੀ, ਬਹੁਤ ਵਧੀਆ ਉਪਰਾਲਾ ਵਾ ਤੁਹਾਡਾ ਵੀ, ਜਦੋਂ ਕੋਈ ਬਾਹਰੋਂ ਵਿਦੇਸ਼ ਤੋਂ ਬੰਦਾ ਆਉਂਦਾ ਜਾਂ ਕਿਧਰੋਂ ਵੀ ਬੰਦਾ ਆਉਂਦਾ, ਤੁਸੀਂ ਉਹਦੀ ਕੀਤੀਆਂ ਪ੍ਰਾਪਤੀਆਂ ਨੂੰ ਲੋਕਾਂ ਮੂਹਰੇ ਪੇਸ਼ ਕਰਦੇ ਹੋ, ਇਹ ਇੱਕ ਬਹੁਤ ਵੱਡਾ ਉਪਰਾਲਾ ਵਾ। ਪਰ ਇਹੋ ਜਿਹੇ ਜਿਹੜੇ ਆਪਣੇ ਲੋਕ ਨੇ ਪੜ੍ਹੇ ਲਿਖੇ ਨੇ ਉਹ ਸਾਰਿਆਂ ਨੂੰ ਵਾਚ ਕਰਦੇ ਨੇ, ਪਰ ਮਦਦ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ, ਕਿਉਂਕਿ ਇਹੋ ਜਿਹੇ ਕਈ ਸੰਸਥਾਵਾਂ ਨੇ ਜਿਹੜੀਆਂ ਝੂਠ ਥੁਆਨ ਬੋਲ ਕੇ ਪੈਸਾ ਇਕੱਠਾ ਕਰ ਲੈਂਦੀਆਂ ਨੇ, ਗਲਤ ਗੁੰਮਰਾਹ ਕਰ ਦਿੰਦੀਆਂ ਨੇ ਲੋਕਾਂ ਨੂੰ। ਸੋ ਚੰਗੇ ਬੰਦੇ ਵੀ ਜਿਹੜੇ ਮੀਡੀਆ ਮੂਹਰੇ ਆਉਂਦੇ ਨੇ ਉਹਨਾਂ ਨੂੰ ਵੀ ਅਣਦੇਖਿਆ ਕੀਤਾ ਜਾਂਦਾ।
ਠੀਕ ਹੈ, ਤੇ ਮਤਲਬ ਮੀਡੀਆ ਨੂੰ ਵੀ ਨਿਰਪੱਖ ਹੋ ਕੇ ਕੰਮ ਕਰਨਾ ਚਾਹੀਦਾ। ਹਾਂਜੀ, ਤੇ ਹਰਪ੍ਰੀਤ ਕੌਰ ਜੀ, ਮੈਂ ਕੋਈ ਜਿੱਦਾਂ ਤੁਹਾਨੂੰ ਸਵਾਲ ਨਾ ਪੁੱਛਿਆ ਹੋਵੇ, ਲੇਕਿਨ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ, ਉਹ ਜ਼ਰੂਰ ਗੱਲ ਕਰ ਸਕਦੇ। ਨਹੀਂ, ਬਸ ਦਰਸ਼ਕਾਂ ਨੂੰ ਇਹੀ ਮੇਰੀ ਬੇਨਤੀ ਹੈ ਵੀ ਇੰਨੇ ਸਾਲ ਤੋਂ ਮੈਂ ਜਿਹੜਾ ਇਸ ਟੌਪਿਕ ਦੇ ਉੱਤੇ ਕੰਮ ਕਰਦੀ ਹਾਂ, ਇਹ ਬਹੁਤ ਵੱਡਾ ਟੌਪਿਕ ਆ, ਤੁਸੀਂ ਮੈਨੂੰ ਮਿਲੋ ਜਾਂ ਮੇਰੇ ਨਾਲ ਸੰਪਰਕ ਕਰੋ। ਇਹ ਇੱਕ ਸਿੱਖ ਧਰਮ ਦਾ ਪੂਰਾ ਇੱਕ ਤਰ੍ਹਾਂ ਦਾ ਮੈਂ ਇੱਕ ਗ੍ਰੰਥੀ ਤਿਆਰ ਕਰ ਰਹੀ ਹਾਂ, ਅਤੇ ਤੁਹਾਨੂੰ ਪਤਾ ਵੀ ਮਰਨ ਤੋਂ ਬਾਅਦ ਹੀ ਮੁੱਲ ਪੈਂਦਾ, ਸੋ ਇਸ ਕਰਕੇ ਮੇਰਾ ਮਨ ਖੜ ਗਿਆ ਹੋਇਆ ਵੀ ਮੇਰਾ ਕਾਰਜ ਪਰਮਾਤਮਾ ਨੇ ਮੈਨੂੰ ਦਿੱਤਾ ਵਾ ਵੀ ਤੁਸੀਂ ਇਹਦੀ ਖੋਜ ਕਰੋ, ਅਤੇ ਮੈਂ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹਾਂ ਇਸ ਚੀਜ਼ ਨੂੰ। ਇਹ ਨਹੀਂ ਮੈਂ ਵਡਿਆਈ ਲੈਣਾ ਚਾਹੁੰਦੀ ਹਾਂ, ਪਰ ਮੈਨੂੰ ਦੁੱਖ ਹੋਇਆ ਵੀ ਜਿਹੜਾ ਭੰਡਾਰ ਮੇਰੇ ਅੰਦਰ ਭਰੇ ਨੇ ਉਹ ਮੈਂ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸ ਸਕਾਂ, ਤਾਂ ਕਿ ਆਪਾਂ ਧਰਮ ਦੇ ਨਾਲ ਜੁੜ ਸਕੀਏ, ਆਪਣੇ ਬੱਚੇ ਵੀ ਜੁੜ ਸਕਣ। ਹਰਪ੍ਰੀਤ ਕੌਰ ਜੀ, ਬਹੁਤ ਵਧੀਆ, ਫਿਰ ਵੀ ਮੈਂ ਕਰੀ ਅਖੀਰ ਦੇ ਵਿੱਚ ਬੇਨਤੀ ਕਰਾਂਗਾ ਕਿ ਤੁਸੀਂ ਜਿਹੜਾ ਆਪਣਾ ਪੰਜਾਬ ਦਾ ਨੰਬਰ ਆ ਉਹ ਦੱਸ ਦਿਓ, ਤਾਂ ਆਵਾਜ਼ੀ ਕੌਮ ਦਾ ਨੰਬਰ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਸੋ ਤੁਸੀਂ ਇਹ 'ਤੇ ਵੀ ਸਾਨੂੰ ਵੀ ਜਾਣਕਾਰੀ ਸਾਡੇ ਤੋਂ ਵੀ ਲੈ ਸਕਦੇ ਹੋ, ਅਤੇ ਹਰਪ੍ਰੀਤ ਕੌਰ ਤੋਂ ਜੇ ਸਿੱਧਾ ਸੰਪਰਕ ਕਰਨਾ ਚਾਹੁੰਦੇ ਹਾਂ। ਮੈਂ ਆਪਣੇ ਵੱਲੋਂ ਇੱਕ ਵਾਰ ਫਿਰ ਦੁਬਾਰਾ ਬੇਨਤੀ ਕਰਦਾ ਵੀ ਜਿਹੜੀ ਇਹ ਬੁੱਕ ਤੋਸ਼ਾਖਾਨਾ ਜਿਹਦੇ 'ਚ ਪੂਰਾ ਭਾ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਦਾ ਧਰਮ ਨਾਲ ਸੰਬੰਧਿਤ ਅਤੇ ਸਿੱਖ ਰਾਜ ਨਾਲ ਸੰਬੰਧਿਤ ਕਿਹੜੀ ਕਿਹੜੀ ਚੀਜ਼ ਪਈ ਆ ਉਹ ਉਹਨੂੰ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਸਕੇ। ਉਹਦਾ ਤਾਂ ਬਹੁਤਿਆਂ ਨੂੰ ਪਤਾ ਵੀ ਹੋਵੇ ਅਤੇ ਬਹੁਤਿਆਂ ਨੂੰ ਪਤਾ ਨਹੀਂਗਾ, ਲੇਕਿਨ ਇੱਕ ਜੇ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹਨਾਂ ਦਾ ਸਾਰਾ ਕੁਝ ਖੋਜ ਕੀਤੀ ਪਈ ਹੋਊਗਾ ਤੇ ਬਹੁਤ ਚੰਗੀ ਗੱਲ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਜੂ। ਬਿਲਕੁਲ ਜੀ, ਤੇ ਮੈਂ ਆਪਣੀ ਸੋਸਾਇਟੀ ਦਾ ਨਾਮ ਬਸੰਤ ਸਿੰਘ ਖਾਲਸਾ ਐਜੂਕੇਸ਼ਨ ਸੋਸਾਇਟੀ, ਤੁਸੀਂ ਫੇਸਬੁੱਕ ਤੇ ਪਾ ਕੇ ਮੇਰੇ ਸਕੂਲ ਬਾਰੇ ਜਾਣਕਾਰੀ ਸਾਰੀ ਲੈ ਸਕਦੇ ਹੋ, ਤੇ ਮੇਰੇ ਮੈਂ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦੀ ਹਾਂ, ਮੇਰਾ ਨੰਬਰ ਹੈ 9463888000। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਆ ਜਿਹੜਾ ਇਹਨਾਂ ਨੇ ਸਮਾਂ ਕੱਢਿਆ, ਸਾਡੇ ਸਟੂਡੀਓ ਦੇ ਵਿੱਚ ਆਏ ਆ ਅਤੇ ਗੱਲਬਾਤ ਕੀਤੀ ਆ। ਫਿਰ ਵੀ ਗੱਲਬਾਤ ਕਰਦੇ ਹਾਂ, ਅਨੇਕਾਂ ਗਲਤੀਆਂ ਸਾਡੇ ਤੋਂ ਹੋਈਆਂ ਹੋਣਗੀਆਂ ਅਤੇ ਆਪ ਜੀ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ਼ ਵੀ ਬੋਲਿਆ ਗਿਆ ਵੀ ਉਹਨਾਂ ਤੋਂ ਵੀ ਖਿਮਾ ਅਤੇ ਜਾਚਕਾਂ। ਸਾਡਾ ਮਕਸਦ ਸਿਰਫ ਇਹੀ ਆ ਕੋਈ ਵੀ ਜਿਹੜਾ ਸਿੱਖ ਕੌਮ ਲਈ ਕੰਮ ਕਰਦਾ ਆ ਉਹਨੂੰ ਮਤਲਬ ਅੱਗੇ ਆਪਾਂ ਲੈ ਕੇ ਆਉਣਾ, ਉਹ ਕੀ ਪ੍ਰਾਪਤੀਆਂ ਕਰਦਾ, ਕੌਮ ਲਈ ਕੀ ਕਰਿਆ, ਜਿੰਨਾ ਵੀ ਉਹ ਯੋਗਦਾਨ ਪਾਇਆ ਉਹਦੇ ਲਈ ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ। ਅਸੀਂ ਬੀਬੀ ਜੀ ਦਾ ਆਪਣੇ ਵੱਲੋਂ, ਅਦਾਰਾ ਵਾਜੇ ਕੌਮ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ। ਆਖਿਰ ਦੇ ਵਿੱਚ ਕੁਝ ਕਹਿਣਾ ਚਾਹੋਗੇ? ਬਸ ਜੀ ਧੰਨਵਾਦ ਆ, ਅਤੇ ਮੈਨੂੰ ਆਪਣੇ ਵਿਚਾਰ ਸਾਂਝੇ ਕਰਕੇ ਇੰਨੀ ਮੇਰੇ ਮਨ ਨੂੰ ਖੁਸ਼ੀ ਹੋਈ ਆ ਵੀ ਮੇਰੇ ਅੰਦਰ ਜੋ ਭਰਿਆ ਹੋਇਆ ਸੀ ਭਾਅ ਜੀ ਨੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਪ੍ਰਸ਼ਨ ਪੁੱਛ ਕੇ ਮੇਰੇ ਤੋਂ ਅੰਦਰ ਸਾਰਾ ਕੁਝ ਕਢਵਾਇਆ, ਅਤੇ ਹੋ ਸਕਦਾ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੋਵੇ ਅਤੇ ਤੁਸੀਂ ਜਾਣਨਾ ਚਾਹੁੰਦੇ ਹੋਵੋ, ਅਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਵੀ ਕੋਈ ਵੀ ਸੰਸਥਾ, ਕੋਈ ਵੀ ਔਰਗਨਾਈਜੇਸ਼ਨ, ਕੋਈ ਵੀ ਜਿਹੜੇ ਹੈਗੇ ਨੇ ਆ ਕੇ ਸੰਸਥਾ ਵਾਲੇ ਮੇਰੇ ਕੋਲ ਨਾਲ ਗੱਲ ਕਰ ਸਕਦੇ, ਸੰਪਰਕ ਕਰ ਸਕਦੇ, ਮੇਰੀ ਬੁੱਕ ਨੂੰ ਛਪਾ ਸਕਦੇ। ਧੰਨਵਾਦ ਜੀ। ਦਰਸ਼ਕੋ, ਇੱਥੇ ਖਿਮਾ ਦੇ ਜਾਚਕਾਂ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ ਦੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।